ਪ੍ਰੋਪਰਲੀ ਆਈ ਕੰਟੈਕਟ ਨਹੀਂ ਕਰਨਾ, ਓਕੇ, ਆਪਣੇ ਨਾਮ ਨੂੰ ਬੁਲਾਉਣ ਤੇ ਤੁਹਾਨੂੰ ਰਿਸਪੌਂਡ ਨਹੀਂ ਕਰਨਾ, ਸੋ ਆਲਵੇਸ ਅਗਰੈਸਿਵ ਰਹਿਣਾ, ਟਿਕ ਕੇ ਨਹੀਂ ਬੈਠਣਾ, ਅਲੱਗ ਅਲੱਗ ਤਰ੍ਹਾਂ ਦੇ ਸਾਊਂਡ ਕੱਢਦੇ ਰਹਿਣਾ, ਰੋਕਿੰਗ ਬਿਹੇਵੀਅਰ ਨੂੰ ਕਰਨਾ, ਜ਼ਿਆਦਾ ਖੁਸ਼ ਹੋਣ ਤੇ ਜੰਪਿੰਗ ਕਰਨਾ, ਜਿਵੇਂ ਕਿ ਆਪਣਾ ਹੈਂਡ ਫਲੈਪਿੰਗ ਕਰਨਾ, ਮਤਲਬ ਇਸ ਤਰ੍ਹਾਂ ਦੇ ਕੁਛ ਨਾ ਕੁਛ ਚੀਜ਼ਾਂ ਨੂੰ ਕਰਦੇ ਰਹਿਣਾ, ਵਾਕਿੰਗ ਕਰਨਾ, ਪੰਜੇ ਦੇ ਬਲ ਚੱਲਣਾ, ਕੰਨਾਂ ਨੂੰ ਐਵੇਂ ਕਿਸੇ ਵੀ ਸਾਊਂਡ ਨੂੰ ਸੁਣ ਕੇ ਕੰਨਾਂ ਨੂੰ ਬੰਦ ਕਰਨਾ ਜਾਂ ਕੰਨਾਂ ਤੇ ਅੰਦਾਜ਼ਾ ਵੀ ਕਰਦੇ ਰਹਿਣਾ, ਜੀ ਜੀ ਜੀ, ਮਤਲਬ ਅਗਰ ਕਿਸੇ ਬੱਚੇ ਨੂੰ ਕਹਿ ਸਕਦੇ ਕਿ ਆਟਿਜ਼ਮ ਹੈ, ਇਹ ਅੱਗੇ ਵੀ ਮਤਲਬ ਉਹਨਾਂ ਦੇ ਬੱਚੇ ਨੂੰ ਵੀ ਹੋ ਸਕਦਾ ਹੈ, ਜਾਂ ਫਿਰ ਕੀ ਇਹਦੇ ਵਿੱਚ ਮੰਨ ਸਕਦੇ ਆ ਕਿ ਨਹੀਂ ਹੋ ਸਕਦਾ? ਮੈਂ ਗਾਰੰਟੀ ਦੇ ਰਿਹਾ ਹਾਂ, ਸਿਰਫ ਇਹ ਦੋ ਹੀ ਚੀਜ਼ਾਂ ਸ਼ੁਰਟੀ ਚਾਹੀਦੇ ਨੇ। ਅਸੀਂ ਇੰਨੀਆਂ ਚੀਜ਼ਾਂ ਨੂੰ ਸ਼ੇਅਰ ਕਰਦੇ ਹਾਂ, ਇੱਕ ਇਨਫੋਰਮੇਟਿਵ ਵੀਡੀਓ ਜਾਂ ਇਹਨੂੰ ਚੀਜ਼ ਨੂੰ ਵੀ ਤੁਸੀਂ ਮੈਕਸਿਮਮ ਸ਼ੇਅਰ ਕਰੋ। ਸਤਿ ਸ਼੍ਰੀ ਅਕਾਲ ਜੀ, ਅੱਜ ਜੋ ਅਸੀਂ ਪੋਡਕਾਸਟ ਲੈ ਕੇ ਆਏ ਹਾਂ, ਹੋਪ ਸੋ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਹੋਵੇਗਾ, ਕਿਉਂਕਿ ਅੱਜ ਜੋ ਸਾਡੇ ਗੈਸਟ ਹਨ ਬਹੁਤ ਹੀ ਸਪੈਸ਼ਲ ਹਨ। ਸਪੈਸ਼ਲ ਇਸ ਲਈ ਹਨ ਕਿਉਂਕਿ ਉਹਨਾਂ ਦਾ ਕੰਮ ਬਹੁਤ ਸਪੈਸ਼ਲ ਹੈ। ਹੁਣ ਤੱਕ ਜਿੰਨੇ ਵੀ ਆਪਾਂ ਪੋਡਕਾਸਟ ਕੀਤੇ ਆ, ਜੋ ਆਪਣੇ ਗੈਸਟ ਰਹੇ ਹਨ ਉਹਨਾਂ ਨੂੰ ਮਿਲੇ ਹੋ, ਪਰ ਜੋ ਅੱਜ ਸਾਡੇ ਗੈਸਟ ਹਨ ਉਹਨਾਂ ਨੂੰ ਤੁਸੀਂ ਜਦੋਂ ਉਹਨਾਂ ਦੀ ਗੱਲਾਂ ਸੁਣੋਗੇ, ਜੋ ਤੁਹਾਨੂੰ ਦੱਸਣਾ ਚਾਹੁੰਦੇ ਹਨ, ਜਿਸ ਚੀਜ਼ ਬਾਰੇ ਅਵੇਅਰ ਕਰਨਾ ਚਾਹੁੰਦੇ ਹਨ, ਤੇ ਤੁਸੀਂ ਹੈਰਾਨ ਵੀ ਹੋ ਜਾਓਗੇ ਤੇ ਤੁਹਾਨੂੰ ਬਹੁਤ ਇੰਪੋਰਟੈਂਟ ਜਾਣਕਾਰੀ ਮਿਲੇਗੀ। ਜੀ ਹਾਂ, ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਰਘੂ ਸਰ ਦਾ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਇੰਦਰਜੀਤ ਸਰ ਜੀ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ। ਹੋਰ ਲਾਈਫ ਵਿੱਚ ਕੀ ਚੱਲ ਰਿਹਾ ਅੱਜ ਕੱਲ? ਬਸ ਅੱਜ ਕੱਲ ਤੇ ਦੇਖੋ ਭੱਜ ਦੌੜ ਲੱਗੀ ਹੋਈ ਹੈ, ਸਭ ਠੀਕ ਚੱਲ ਰਿਹਾ ਜੀ। ਬਸ ਇੱਕ ਬੀੜਾ ਚੱਕਿਆ ਹੈ ਜੀ, ਉਹ ਬੀੜਾ ਹੈ ਸਪੈਸ਼ਲ ਨੀਡ ਬੱਚਿਆਂ ਵਾਸਤੇ ਕੁਝ ਕਰਨ ਦਾ ਜੀ। ਸਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੇ ਪੋਡਕਾਸਟ ਵਿੱਚ ਹੁਣ ਤੱਕ ਅਸੀਂ ਜਿੰਨੇ ਵੀ ਗੈਸਟ ਬੁਲਾਏ ਹਨ, ਉਹ ਅਲੱਗ ਅਲੱਗ ਮਤਲਬ ਕਿ ਉਹਨਾਂ ਦੇ ਵਰਕ ਹਨ। ਅਸੀਂ ਇੱਕ ਐਨਜੀਓ, ਇੱਕ ਫਾਊਂਡੇਸ਼ਨ ਨਾਲ ਅਸੀਂ ਪਹਿਲੀ ਵਾਰ ਪੋਡਕਾਸਟ ਕਰ ਰਹੇ ਹਾਂ, ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜੋ ਕੇਅਰ ਫੋਰ ਆਟਿਜ਼ਮ ਤੁਸੀਂ ਦੇਖ ਰਹੇ ਹੋ, ਇਹ ਸਰ ਫਾਊਂਡੇਸ਼ਨ ਓਨ ਕਰਦੇ ਹਨ, ਜਿਸ ਵਿੱਚ ਤੁਹਾਨੂੰ ਪਤਾ ਲੱਗੇ ਕਿ ਆਟਿਜ਼ਮ ਕੀ ਹੁੰਦਾ ਹੈ। ਸੋ ਅਸੀਂ ਸਭ ਤੋਂ ਪਹਿਲਾਂ ਸਰ ਨੂੰ ਪੁੱਛ ਲੈਂਦੇ ਹਾਂ ਕਿ ਇਹਨਾਂ ਦੀ ਫਾਊਂਡੇਸ਼ਨ ਵਿੱਚ ਕੀ ਹੁੰਦਾ ਹੈ। ਜੀ ਸਰ, ਪਲੀਜ਼। ਸਰ, ਇਸ ਫਾਊਂਡੇਸ਼ਨ ਦਾ ਨਾਮ ਹੈ ਕੇਅਰ ਫੋਰ ਆਟਿਜ਼ਮ ਫਾਊਂਡੇਸ਼ਨ ਜੀ। ਇਸ ਫਾਊਂਡੇਸ਼ਨ ਦੇ ਵਿੱਚ ਅਸੀਂ ਫੋਕਸਲੀ ਆਟਿਸਟਿਕ ਬੱਚਿਆਂ ਦੇ ਉੱਤੇ ਕੰਮ ਕਰਦੇ ਹਾਂ, ਜਿਨ੍ਹਾਂ ਨੂੰ ਸਪੈਸ਼ਲ ਨੀਡ ਚਿਲਡਰਨ ਵੀ ਕਿਹਾ ਜਾਂਦਾ ਹੈ ਜੀ। ਸੋ ਸਾਡਾ ਸਾਰਾ ਇਹਦੇ ਵਿੱਚ ਜਿੰਨੇ ਵੀ ਤਰ੍ਹਾਂ ਦੇ ਸਪੈਸ਼ਲ ਨੀਡ ਬੱਚੇ ਹੁੰਦੇ ਨੇ ਜੀ, ਅਸੀਂ ਉਹਨਾਂ ਦੇ ਲਈ ਪੂਰਾ ਕੰਪਲੀਟ ਅੰਡਰ ਦਾ ਵਨ ਰੂਫ ਇੱਕ ਸੈਟਅਪ ਬਣਾਇਆ ਜੀ, ਸੋ ਜਿਸ ਵਾਸਤੇ ਇਹ ਫਾਊਂਡੇਸ਼ਨ ਕੰਮ ਕਰਦੀ ਹੈ ਜੀ। ਜੀ ਸਰ, ਸਭ ਤੋਂ ਪਹਿਲਾਂ ਤਾਂ ਮਤਲਬ ਸਾਡਾ ਸਵਾਲ ਇਹੀ ਆਉਂਦਾ ਹੈ ਕਿ ਸਾਡੇ ਜੋ ਆਡੀਅੰਸ, ਇਹੀ ਜਾਣਨਾ ਚਾਹੂੰਗੀ ਕਿ ਆਟਿਜ਼ਮ ਹੁੰਦਾ ਕੀ ਹੈ। ਬਿਲਕੁਲ, ਬੜਾ ਵਧੀਆ ਕੁਐਸਚਨ ਪੁੱਛਿਆ ਇੰਦਰ ਜੀ ਤੁਸੀਂ ਜੀ। ਸੋ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਹਜੇ ਤੱਕ ਅਸੀਂ, ਮੈਨੂੰ ਇਸ ਫੀਲਡ 'ਚ ਕੰਮ ਕਰਦੇ 3 ਸਾਲ ਹੋ ਗਏ, ਵੈਸੇ ਤੇ ਇਸ ਦੇ ਨਾਲ ਕਨੈਕਟਡ ਮੈਨੂੰ ਆਲਮੋਸਟ 13 ਸਾਲ ਹੋਣ ਵਾਲੇ ਨੇ। ਵੈਰੀ ਨਾਈਸ। ਬਟ ਮਤਲਬ ਮੈਂ ਅਗਰੈਸਿਵਲੀ ਜਦੋਂ ਦਾ ਅਸੀਂ ਕੰਮ ਕਰਨਾ ਸ਼ੁਰੂ ਕੀਤਾ, ਸਾਨੂੰ 3 ਸਾਲ ਹੋ ਗਏ ਆ ਇਸ ਫਾਊਂਡੇਸ਼ਨ ਨੂੰ ਕੰਮ ਕਰਦੇ ਹੋਏ। ਸੋ ਆਟਿਜ਼ਮ ਕਿਆ ਹੈ ਇਹ ਜਾਣਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਮੈਂ ਆਟਿਜ਼ਮ ਬਾਰੇ ਕਿਉਂ ਬੋਲ ਰਿਹਾ ਜੀ, ਪਲੀਜ਼, ਜਾਂ ਮੈਂ ਆਟਿਜ਼ਮ ਦੇ ਬਾਰੇ ਇੰਨੀ ਚਰਚਾ ਜਾਂ ਇੰਨੀ ਡਿਸਕਸ਼ਨ ਕਿਉਂ ਕਰ ਰਿਹਾ? ਬਿਲਕੁਲ ਬਿਲਕੁਲ, ਕਿਉਂਕਿ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਮੈਂ ਖੁਦ ਇੱਕ ਆਟਿਸਟਿਕ ਬੱਚੇ ਦਾ ਫਾਦਰ ਹਾਂ ਜੀ। ਸੋ ਮੇਰਾ ਬੇਟਾ ਜਿਸਦਾ ਨਾਮ ਸੰਯਮ ਹੈ, ਉਹ ਅੱਜ 13 ਸਾਲ ਦਾ ਹੋ ਗਿਆ, ਉਹ ਸਪੈਸ਼ਲ ਨੀਡ ਚਿਲਡਰਨ ਹੈ ਜੀ। ਸੋ ਉਸਦੇ ਨਾਲ ਮਤਲਬ ਉਹਦੇ ਤੇ ਥੈਰੇਪੀਸ ਕਰਾਉਂਦੇ ਜਾਂ ਉਹਦੇ ਨਾਲ ਕੰਮ ਕਰਦੇ ਸਾਨੂੰ ਅੱਜ ਆਲਮੋਸਟ 10-12 ਸਾਲ ਹੋ ਗਏ ਨੇ ਜੀ।
ਸੋ ਇਸ ਕਰਕੇ ਮੈਂ ਆਟਿਜ਼ਮ ਦੇ ਨਾਲ ਕਨੈਕਟਡ ਕਨੈਕਟਡ ਸੋ ਅੱਗੇ ਮੈਂ ਤੁਹਾਡੀ ਇਸ ਚਰਚਾ ਦੇ ਵਿੱਚ ਜ਼ਰੂਰ ਵਿਸਤਾਰ ਚ ਦੱਸਾਂਗਾ ਕਿ ਅਸੀਂ ਕਿਉਂ ਔਰ ਕਿਵੇਂ ਇਸ ਫੀਲਡ ਚ ਆ ਗਏ ਜੀ। ਸੋ ਆਟਿਜ਼ਮ ਕਿਆ ਹੈ ਜਿਹੜਾ ਤੁਸੀਂ ਪੁੱਛਿਆ ਹੈ, ਉਹਦੇ ਲਈ ਇਹ ਹੈ ਕਿ ਆਟਿਜ਼ਮ ਨੂੰ ਅਗਰ ਮੈਂ ਸਰਲ ਭਾਸ਼ਾ ਚ ਤੁਹਾਨੂੰ ਦੱਸਾਂ ਤੇ ਆਟਿਜ਼ਮ ਜਿਹੜਾ ਇੱਕ ਕਾਈਂਡ ਆਫ ਨਿਊਰੋ ਡਿਵੈਲਪਮੈਂਟ ਡਿਸਆਰਡਰ ਹੁੰਦਾ ਹੈ ਜਿਹਦੇ ਵਿੱਚ ਕਿ ਬੱਚਾ ਤੁਹਾਡੀ ਤੁਹਾਡੇ ਨਾਲ ਕਮਿਊਨੀਕੇਟ ਕਰਦਾ ਜਾਂ ਤੁਹਾਡੇ ਨਾਲ ਗੱਲ ਕਰਦਾ ਤੇ ਈਜ਼ੀਲੀ ਉਹਨੂੰ ਤੁਹਾਡੀ ਗੱਲ ਸਮਝ ਨਹੀਂ ਆਉਂਦੀ ਜਾਂ ਉਹ ਆਪਣੀ ਗੱਲ ਨੂੰ ਵੀ ਈਜ਼ੀਲੀ ਨਹੀਂ ਸਮਝਾ ਪਾਉਂਦਾ। ਲੱਛਣ ਹੁੰਦੇ ਨੇ, ਹਾਂ ਵੈਸੇ ਤੇ ਇਹਦੇ ਬਹੁਤ ਸਾਰੇ ਲੱਛਣ ਨੇ, ਸੋ ਇੰਨੇ ਲੱਛਣ ਨੇ ਕਿ ਮੈਂ ਤੁਹਾਨੂੰ ਸਾਰੇ ਨਹੀਂ ਗਿਣਵਾ ਪਾਵਾਂਗਾ। ਜੀ ਜੀ ਜੀ। ਇਹਦੇ ਚ ਅਸੀਂ ਇੱਕ ਅਮੂਮਨ ਹੀ ਗੱਲ ਯੂਜ਼ ਮਤਲਬ ਸੁਣਨ ਚ ਆਉਂਦੀ ਹੈ ਜਾਂ ਕਿਹਾ ਜਾਂਦੀ ਹੈ ਕਿ ਇਫ ਯੂ ਮੈਟ ਏ ਵਨ ਪਰਸਨ ਇਨ ਆਟਿਜ਼ਮ ਸੋ ਯੂ ਮੈਟ ਏ ਓਨਲੀ ਵਨ ਪਰਸਨ ਇਨ ਆਟਿਜ਼ਮ। ਸੋ ਆਟਿਜ਼ਮ ਇੰਨੇ ਤਰ੍ਹਾਂ ਦਾ ਹੈ ਜੀ ਕਿ ਤੁਸੀਂ ਉਹਨੂੰ ਪੂਰਾ ਡਿਸਕ੍ਰਾਈਬ ਨਹੀਂ ਕਰ ਸਕਦੇ। ਜੀ ਬਿਲਕੁਲ। ਸੋ ਹਰ ਬੱਚਾ ਆਪਣੇ ਆਪ ਚ ਡਿਫਰੈਂਟ ਹੈ, ਇਸ ਲਈ ਇਹਨੂੰ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਕਿਹਾ ਜਾਂਦਾ ਹੈ, ASD, ਕਿਉਂਕਿ ਇੱਕ ਸਪੈਕਟ੍ਰਮ ਚ ਆ ਜਾਂਦਾ ਜੀ। ਸੋ ਇਹਦੇ ਬਹੁਤ ਸਾਰੇ ਇੰਡੀਕੇਸ਼ਨ ਨੇ, ਬਟ ਜਿਹੜੇ ਇਹਦੇ ਕਾਮਨ ਇੰਡੀਕੇਸ਼ਨਸ ਨੇ ਜੀ ਉਹ ਮੈਂ ਤੁਹਾਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰਦਾ, ਜਿਵੇਂ ਕਿ ਪ੍ਰੋਪਰਲੀ ਆਈ ਕੰਟੈਕਟ ਨਹੀਂ ਕਰਨਾ, ਓਕੇ, ਆਪਣੇ ਨਾਮ ਨੂੰ ਬੁਲਾਉਣ ਤੇ ਤੁਹਾਨੂੰ ਰਿਸਪੌਂਡ ਨਹੀਂ ਕਰਨਾ, ਸੋ ਆਲਵੇਸ ਅਗਰੈਸਿਵ ਰਹਿਣਾ ਜੀ, ਟਿਕ ਕੇ ਨਹੀਂ ਬੈਠਣਾ ਜੀ, ਅਲੱਗ ਅਲੱਗ ਤਰ੍ਹਾਂ ਦੀ ਸਾਊਂਡ ਕੱਢਦੇ ਰਹਿਣਾ, ਰੋਕਿੰਗ ਬਿਹੇਵੀਅਰ ਨੂੰ ਕਰਨਾ, ਜ਼ਿਆਦਾ ਖੁਸ਼ ਹੋਣ ਤੇ ਜੰਪਿੰਗ ਕਰਨਾ, ਜਿਵੇਂ ਕਿ ਆਪਣਾ ਹੈਂਡ ਫਲੈਪਿੰਗ ਕਰਨਾ, ਮਤਲਬ ਇਸ ਤਰ੍ਹਾਂ ਦੇ ਕੁਛ ਨਾ ਕੁਛ ਚੀਜ਼ਾਂ ਨੂੰ ਕਰਦੇ ਰਹਿਣਾ, ਟੋ ਵਾਕਿੰਗ ਕਰਨਾ, ਪੰਜੇ ਦੇ ਬਲ ਚੱਲਣਾ, ਓਕੇ, ਕੰਨਾਂ ਨੂੰ ਐਵੇਂ ਕਿਸੇ ਵੀ ਸਾਊਂਡ ਨੂੰ ਸੁਣ ਕੇ ਕੰਨਾਂ ਨੂੰ ਬੰਦ ਕਰਨਾ ਜਾਂ ਕੰਨਾਂ ਤੇ ਐਵੇਂ ਹੱਥ ਕਰਦੇ ਰਹਿਣਾ। ਜੀ ਜੀ ਜੀ। ਖਾਣ ਵਾਲੀ ਚੀਜ਼ ਨੂੰ ਖਾਣ ਤੋਂ ਪਹਿਲਾਂ ਸਮੈਲ ਕਰਨਾ, ਓਕੇ, ਠੀਕ ਹੈ। ਸੋ ਆਮੂਮਨ ਖਲੋਣਿਆਂ ਦੇ ਨਾਲ ਖੇਡਣ ਦੀ ਬਜਾਏ ਉਹਨਾਂ ਨੂੰ ਮੂੰਹ ਚ ਪਾਉਣਾ ਜਾਂ ਉਹਨਾਂ ਨੂੰ ਗੋਲ ਗੋਲ ਰਾਊਂਡ ਰਾਊਂਡ ਲਾਈਨ ਚ ਲਗਾਉਂਦੇ ਰਹਿਣਾ, ਲਾਈਕ ਨੋਰਮਲੀ ਖਲੋਣਿਆਂ ਨਾਲ ਨਹੀਂ ਖੇਡਣਾ ਜੀ। ਸੋ ਆਪਣੀ ਨੋਰਮਲ ਬੱਚਿਆਂ ਦੇ ਨਾਲ, ਆਪਣੀ ਇਸ ਦੇ ਬੱਚਿਆਂ ਦੇ ਨਾਲ ਨਾ ਖੇਲਣਾ, ਇਕੱਲੇ ਰਹਿਣਾ ਪਸੰਦ ਕਰਨਾ, ਜ਼ਿੱਦ ਕਰਨਾ, ਖੁਦ ਨੂੰ ਮਾਰਨਾ, ਸਾਹਮਣੇ ਵਾਲੇ ਨੂੰ ਮਾਰਨਾ, ਬਾਈਟਿੰਗ ਕਰ ਦੇਣਾ, ਹੈਡ ਬੈਂਗਿੰਗ ਕਰ ਲੈਣਾ, ਜ਼ਮੀਨ ਤੇ ਸਿਰ ਮਾਰਨਾ, ਸੋ ਆਪਣੀ ਏਜ ਦੇ ਅਕੋਰਡਿੰਗਲੀ ਘੱਟ ਮੈਚਿਓਰ ਦਿਖਣਾ, ਸੋ ਮਤਲਬ ਬਹੁਤ ਸਾਰੇ ਇਹਦੇ ਇੰਡੀਕੇਸ਼ਨਸ ਨੇ ਜਿਹਨੂੰ ਮੈਂ ਡਿਸਕ੍ਰਾਈਬ ਕਰਾਂਗਾ ਤੇ ਬਹੁਤ ਲੰਬਾ ਚਲਾ ਜਾਏਗਾ, ਬਟ ਇਹਦੇ ਕੁਝ ਬੇਸਿਕ ਜੇ ਇੰਡੀਕੇਸ਼ਨ ਜਿਹੜੇ ਮੈਂ ਤੁਹਾਨੂੰ ਦੱਸੇ ਜੀ। ਓਕੇ ਰਘੂ ਸਰ, ਮੈਂ ਤੁਹਾਨੂੰ ਜਿਵੇਂ ਕਿ ਤੁਸੀਂ ਦੱਸ ਰਹੇ ਸੀਗੇ ਕਿ ਮਤਲਬ ਇਹਦੇ ਵਿੱਚ ਏਜ ਲਿਮਿਟ ਵੀ ਕੋਈ ਹੁੰਦੀ ਹੈ ਕਿ ਕਿਸੇ ਏਜ ਵਿੱਚ ਵੀ ਇਹ ਹੋ ਜਾਂਦਾ ਹੈ? ਦੇਖੋ ਅਮੂਮਨ ਇਹ ਜਿਹੜੀ ਨਾ ਬਾਏ ਬਰਥ ਹੀ ਹੁੰਦਾ ਹੈ, ਬਟ ਜਿਹੜੇ ਇਹਦੇ ਸਿੰਪਟਮਸ ਨੇ ਉਹ ਸਾਨੂੰ 1.5 ਸਾਲ ਤੋਂ ਪਤਾ ਲੱਗਣੇ ਸ਼ੁਰੂ ਹੋ ਜਾਂਦੇ ਨੇ ਜੋ ਤੁਸੀਂ ਦੱਸਿਆ ਸਿੰਪਟਮਸ। ਸੋ ਕੀ ਹੁੰਦਾ ਹੈ ਕਿ ਪਰ ਪੇਰੈਂਟਸ 1.5 ਸਾਲ ਦਾ ਬੱਚਾ ਅਸੀਂ ਕੁਝ ਐਕਸਪੈਕਟ ਨਹੀਂ ਕਰਦੇ, ਤੁਸੀਂ ਉਹਨੂੰ 4 ਵਾਰੀ ਆਵਾਜ਼ ਮਾਰੀ ਉਹਨੇ ਨਹੀਂ ਵੀ ਜਵਾਬ ਦਿੱਤਾ ਤੇ ਅਸੀਂ ਸੋਚਦੇ ਨਹੀਂ ਉਹਦੇ ਬਾਰੇ, ਬਟ ਉਹੀ ਜਦੋਂ 4 ਸਾਲ ਦਾ ਬੱਚਾ ਜਿਹਨੂੰ ਅਸੀਂ ਆਵਾਜ਼ ਮਾਰਾਂਗੇ ਤਾਂ ਨਹੀਂ ਸੋਚੇਗਾ, ਫਿਰ ਸਾਨੂੰ ਵਰੀਡ ਹੋ ਜਾਏਗੀ। ਬਟ ਜਦੋਂ 1.5 ਸਾਲ ਦਾ ਬੱਚਾ ਐਵੇਂ ਹੱਸਦੇਗਾ ਅਸੀਂ ਕਹਿੰਦਾ ਸਮਾਈਲਿੰਗ ਫੇਸ ਹੈ, ਐਵੇਂ ਰੋਦੇਗਾ ਅਸੀਂ ਕਹਿੰਦਾ ਕੋਈ ਭੁੱਖ ਲੱਗੀ ਹੈ। ਸੋ ਇਹਦੇ ਬਹੁਤ ਸਾਰੇ ਇੰਡੀਕੇਸ਼ਨਸ ਨੇ, ਉਹ ਸੋਸ਼ਲਾਈਜ਼ ਨਹੀਂ ਹੋਣਾ, ਆਪਣੇ ਫੈਮਿਲੀ ਮੈਂਬਰ ਨੂੰ ਆਈਡੈਂਟੀਫਾਈ ਨਹੀਂ ਕਰਨਾ, ਸੋ ਤੁਹਾਡੇ ਬਾਰ ਬਾਰ ਪੁਕਾਰਨ ਤੇ ਆਪਣਾ ਨਾਮ ਪੁਕਾਰਨ ਤੇ ਰਿਸਪੌਂਡ ਨਹੀਂ ਕਰਨਾ, ਉਦੋਂ ਲੱਗਦਾ ਨਹੀਂ, ਮਹਿਸੂਸ ਨਹੀਂ ਹੁੰਦਾ ਜੀ, ਇਸ ਕਰਕੇ ਉਦੋਂ ਉਹਦਾ ਜ਼ਿਆਦਾ ਪਤਾ ਨਹੀਂ ਲੱਗ ਪਾਉਂਦਾ। ਸੋ ਜਦੋਂ ਜਿੱਦਾਂ ਜਿੱਦਾਂ ਬੱਚਾ ਗਰੋ ਕਰਦਾ ਹੈ ਫਿਰ ਸਾਨੂੰ ਉਹ ਚਿੰਤਾ ਮਤਲਬ ਜਿਹੜੇ ਉਹਦੇ ਸਿੰਪਟਮਸ ਨੇ ਸਾਨੂੰ ਥੋੜੀ ਟੈਨਸ਼ਨ ਲੈਣ ਲੱਗ ਸਾਹਮਣੇ ਆਉਂਦੇ ਨੇ, ਫਿਰ ਲੋਕ ਸੋਚਦੇ ਨੇ ਕਿ। ਸੋ ਇਸ ਕਰਕੇ ਪੇਰੈਂਟਸ ਕਹਿੰਦੇ ਆ ਕਿ ਮੇਰਾ ਬੱਚਾ 1.5 ਸਾਲ ਤੱਕ ਬਿਲਕੁਲ ਠੀਕ ਸੀ, 2 ਸਾਲ ਤੱਕ ਬਿਲਕੁਲ ਠੀਕ ਸੀ, 2.5 ਸਾਲ ਤੱਕ ਵੀ ਠੀਕ ਸੀ, 3 ਸਾਲ ਤੇ ਅਚਾਨਕ ਉਹਨੂੰ ਐਵੇਂ ਹੋ ਗਿਆ। ਸੋ ਇਦਾਂ ਨਹੀਂ ਹੈ। ਸੋ ਇਹ ਉਹਦੇ ਜਿਹੜੇ ਇੰਡਰਸਟੈਂਡ ਨਹੀਂ ਕਰ ਪਾਉਂਦੇ ਨੇ ਉਹ ਜਦੋਂ 1.5 ਸਾਲ ਦਾ ਹੁੰਦਾ ਹੈ ਉਦੋਂ ਸਾਨੂੰ ਦਿਖਣੇ ਸ਼ੁਰੂ ਹੋ ਜਾਂਦੇ ਨੇ। ਓਕੇ, 1.5 ਸਾਲ ਦੇ ਵਿੱਚ ਸ਼ੋ ਹੋਣੇ ਸਟਾਰਟ ਹੋ ਜਾਂਦੇ ਕਿ ਇਦਾਂ। ਦੇਖੋ ਜੀ, ਅੱਜ ਸਾਇੰਸ ਇੰਨੀ ਗਰੋ ਕਰ ਰਹੀ ਹੈ, ਇੰਨਾ ਸਾਰਾ ਕੁਝ ਹੋ ਰਿਹਾ ਹੈ, ਅੱਗੇ ਚਲਦੇ ਚਲਦੇ ਪਹਿਲਾਂ ਤੇ 3 ਸਾਲ ਤੱਕ ਵੀ ਉਹਦਾ ਡਾਇਗਨੋਸ ਨਹੀਂ ਹੋ ਪਾਉਂਦਾ ਸੀ, ਉਹਦੀ ਕੋਈ ਅਸੈਸਮੈਂਟ ਨਹੀਂ ਹੋ ਪਾਉਂਦੀ ਸੀ, ਬਟ ਹੁਣ ਟੈਕਨੋਲੋਜੀ ਇੰਨੀ ਫਾਸਟ ਹੋ ਗਈ ਹੈ ਕਿ ਹੁਣ ਅਸੀਂ 1.5 ਸਾਲ ਦੇ ਬੱਚੇ ਦਾ ਵੀ ਡਾਇਗਨੋਸ ਕਰ ਲੈਂਦੇ ਹਾਂ।
ਓਕੇ ਹੁਣ ਇੰਨਾ ਤਜਰਬਾ ਹੋ ਗਿਆ, ਇੰਨਾ ਐਕਸਪੀਰੀਅੰਸ ਹੋ ਗਿਆ ਕਿ ਸਾਡੀ ਟੀਮ ਜਿਹੜੀ ਹੈ, ਮੇਰੇ ਪੂਰੇ ਸਾਡੀ ਜਿਹੜੀ ਟੀਮ ਕੰਮ ਕਰ ਰਹੀ ਹੈ ਉਹ 1.5 ਸਾਲ ਦੇ ਬੱਚੇ ਨੂੰ ਵੀ ਡਾਇਗਨੋਸ ਕਰ ਰਹੀ ਹੈ। ਔਰ ਸਭ ਤੋਂ ਵੱਡੀ ਜਿਹੜੀ ਸਲਿਊਟ ਹੈ ਨਾ, ਅੱਜ ਦੇ ਜਿਹੜੇ ਡਾਕਟਰਸ ਜਾਂ ਪੀਡੀਆਟ੍ਰੀਸ਼ੀਅਨ ਜਿਹੜੇ ਹੈਗੇ ਨੇ ਉਹ ਬਹੁਤ ਅਵੇਅਰਡ ਹੋ ਗਏ ਨੇ ਔਰ ਉਹਨਾਂ ਨੂੰ ਸਲਿਊਟ ਹੈ ਕਿ ਉਹ ਬੜੀ ਜਲਦੀ ਡਾਇਗਨੋਸ ਕਰ ਲੈਂਦੇ ਨੇ। ਸੋ ਡਾਇਗਨੋਸ ਕਰਨ ਤੋਂ ਬਾਅਦ ਉਹ ਉਹਨਾਂ ਨੂੰ ਅੱਗੇ ਰਿਕਮੈਂਡ ਕਰਦੇ ਨੇ ਕਿ ਕਰਨਾ ਚਾਹੀਦਾ। ਜੀ 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 ਸਰ, ਇਹਦੇ ਵਿੱਚ ਮਤਲਬ ਕਿ ਜਦੋਂ ਇਹ ਸਟਾਰਟ ਹੁੰਦਾ ਹੈ ਇਹਦੇ ਵਿੱਚ ਕੀ ਕਾਰਨ ਹੋ ਸਕਦੇ ਨੇ ਕਿ ਮਤਲਬ ਕਿ ਇੱਕ ਛੋਟੇ ਬੇਬੀ ਨੂੰ ਇਹ ਚੀਜ਼ ਹੋ ਜਾਣੀ, ਆਟਿਜ਼ਮ ਹੋ ਜਾਣਾ, ਇਹਦੇ ਪਿੱਛੇ ਦਾ ਕਾਰਨ ਕੀ ਹੋ ਸਕਦਾ ਹੈ? ਸਰ ਇਹਦਾ ਨਾ ਪੂਰੀ ਦੁਨੀਆ ਇਹਦੇ ਰਿਸਰਚ ਲੱਗੀ ਹੋਈ ਹੈ, ਹਜੇ ਤੱਕ ਇਹਦਾ ਕੋਈ ਐਵੀਡੈਂਸ ਬੇਸ ਪ੍ਰੂਫ ਨਹੀਂ ਹੈ ਕਿ ਕਿਉਂ ਹੁੰਦਾ ਹੈ। ਇਹ ਜੈਨੇਟਿਕ ਹੈ, ਕਿਸੇ ਰਿਐਕਸ਼ਨ ਤੇ ਹੁੰਦਾ ਹੈ ਜਾਂ ਕਿਸੇ ਪ੍ਰੋਬਲਮ ਨਾਲ ਹੁੰਦਾ ਹੈ, ਕਿਸੇ ਮਤਲਬ ਬਹੁਤ ਤਰ੍ਹਾਂ ਦੇ ਇਹਦੇ ਮਿਥਸ ਬਣੇ ਹੋਏ ਨੇ, ਬਹੁਤ ਤਰ੍ਹਾਂ ਦੇ ਇਹਦੇ ਰੂਮਰਸ ਚੱਲਦੇ ਪਏ ਨੇ ਜੀ, ਬਟ ਇਹਦਾ ਕੋਈ ਐਵੀਡੈਂਸ ਨਹੀਂ ਹੈ ਹਜੇ ਤੱਕ ਪੂਰੀ ਦੁਨੀਆ ਦੀ ਰਿਸਰਚ ਤੇ ਲੱਗੀ। ਲਾਈਕ ਤੁਸੀਂ ਕਿਹਾ ਕਿ ਜੈਨੇਟਿਕ ਵੀ ਹੋ ਸਕਦਾ ਹੈ, ਜਾਂ ਮਤਲਬ ਅਗਰ ਕਿਸੇ ਬੱਚੇ ਨੂੰ ਕਹਿ ਸਕਦਾ ਕਿ ਆਟਿਜ਼ਮ ਹੈ, ਇਹ ਅੱਗੇ ਵੀ ਮਤਲਬ ਉਹਨਾਂ ਦੇ ਬੱਚੇ ਨੂੰ ਵੀ ਹੋ ਸਕਦਾ ਹੈ, ਜਾਂ ਫਿਰ ਕੀ ਇਹਦੇ ਵਿੱਚ ਮੰਨ ਸਕਦੇ ਆ ਕਿ ਨਹੀਂ ਹੋ ਸਕਦਾ? ਸਰ ਦੇਖੋ, ਆਟਿਜ਼ਮ ਦੇ ਵਿੱਚ ਨਾ ਮੋਸਟਲੀ ਇੱਕ ਜਿਹੜੀਆਂ ਚੀਜ਼ਾਂ ਪੜ੍ਹਨ ਚ ਆਉਂਦੀਆਂ ਨੇ ਉਹ ਕਹਿੰਦੇ ਨੇ, ਲੋਕ ਕਹਿੰਦੇ ਨੇ ਜੀ ਕਿ ਜੇ ਤੁਹਾਡੇ ਘਰ ਚ ਇੱਕ ਸਪੈਸ਼ਲ ਬੱਚਾ ਹੈ ਤੇ ਉਹਦੇ ਮੋਰ ਦੈਨ ਚਾਂਸਸ ਹੁੰਦੇ ਨੇ ਦੂਸਰਾ ਵੀ ਸਪੈਸ਼ਲ ਹੋਣ ਦੇ। ਓਕੇ, ਪਰ ਇਦਾਂ ਹੈ ਨਹੀਂ ਹੈ। ਮੈਂ ਬਹੁਤ ਸਾਰੇ ਪੇਰੈਂਟਸ ਨੂੰ ਇਦਾਂ ਦਾ ਜਾਣਦਾ ਕਿ ਜਿਨ੍ਹਾਂ ਦਾ ਪਹਿਲਾ ਬੱਚਾ ਸਪੈਸ਼ਲ ਹੈ ਤੇ ਦੂਸਰਾ ਚ ਨਾਰਮਲ ਹੈ। ਓਕੇ, ਸੋ ਇਹਦਾ ਮੈਂ ਤੁਹਾਨੂੰ ਦੱਸਿਆ ਕਿ ਕੋਈ ਵੀ ਐਵੀਡੈਂਸ ਬੇਸਡ ਚੀਜ਼ ਹਜੇ ਤੱਕ ਹੈ ਨਹੀਂ, ਕਿਉਂਕਿ ਇਹ ਹੋ ਕਿਉਂ ਰਿਹਾ ਸਰ, ਹਜੇ ਤੱਕ ਇਹੀ ਨਹੀਂ ਕਲੀਅਰ ਹੋ ਪਾ ਰਿਹਾ। ਸੋ ਇਸ ਕਰਕੇ ਜੇ ਤੇ ਉਹਦਾ ਕੌਜ਼ ਪਤਾ ਚੱਲ ਜੇ ਫਿਰ ਤੇ ਉਹਦੇ ਤੇ ਕੰਮ ਹੋਣਾ ਸ਼ੁਰੂ ਹੋ ਜਾਏਗਾ ਨਾ ਜੀ। ਬਸ ਅਜੇ ਤੱਕ ਇਹ ਸੁਣਨ ਚ ਹੀ ਆਉਂਦਾ, ਪਰ ਮੈਂ ਬਹੁਤ ਸਾਰੇ ਪੇਰੈਂਟਸ ਨੂੰ ਐਵੇਂ ਜਾਣਦਾ, ਪਰ ਮੈਂ ਕੁਝ ਪੇਰੈਂਟਸ ਐਵੇਂ ਵੀ ਜਾਣਦਾ ਕਿ ਵਾਕਈ ਉਹਨਾਂ ਦਾ ਅਗਰ ਇੱਕ ਬੱਚਾ ਸਪੈਸ਼ਲ ਹੈ ਤੇ ਉਹਨਾਂ ਦਾ ਦੂਸਰਾ ਬੱਚਾ ਵੀ ਸਪੈਸ਼ਲ ਹੈ। ਸੋ ਇਸ ਕਰਕੇ ਇਹਨੂੰ ਹਜੇ ਜਸਟੀਫਿਕੇਸ਼ਨ ਦੇਣਾ ਜੀ ਕੋਈ ਉਹ ਐਵੀਡੈਂਸ ਨਹੀਂ ਹੈ ਬਿਲਕੁਲ। ਸੋ ਬਟ ਮੈਂ ਜ਼ਿਆਦਾਤਰ ਅਗਰ ਗੱਲ ਕਰਾਂ ਤੇ ਇਦਾਂ ਨਹੀਂ ਹੈ। ਮੈਂ ਜ਼ਿਆਦਾਤਰ ਪੇਰੈਂਟਸ ਨੂੰ ਜਾਣਦਾ ਵਾਂ ਕਿ ਜਿਨ੍ਹਾਂ ਦਾ ਇੱਕ ਪਹਿਲਾ ਬੱਚਾ ਸਪੈਸ਼ਲ ਨੀਡ ਹੈ ਤੇ ਦੂਸਰਾ ਨਾਰਮਲ। ਸਰ ਮੈਂ ਪੁੱਛੂੰਗਾ ਕਿ ਇਹਦੇ ਵਿੱਚ ਜੋ ਇਲਾਜ ਚੱਲਦਾ ਹੈ ਉਹ ਕਿਵੇਂ ਹੁੰਦਾ ਹੈ, ਕੀ ਉਹਦੇ ਵਿੱਚ ਪ੍ਰੋਸੈਸ ਹੁੰਦਾ ਹੈ? ਇਲਾਜ ਦਾ ਦੱਸਣ ਤੋਂ ਪਹਿਲਾਂ ਇੱਕ ਚੀਜ਼ ਇੰਦਰ ਜੀ ਦੱਸਣਾ ਬਹੁਤ ਜ਼ਰੂਰੀ ਚਾਹਾਂਗਾ। ਮੈਂ ਹਮੇਸ਼ਾ ਪੇਰੈਂਟਸ ਨੂੰ ਕਹਿਣਾ ਕਿ ਅਗਰ ਕੋਈ ਜੇ ਤੁਹਾਨੂੰ ਇਹਨਾਂ ਚ ਕੋਈ ਇੰਡੀਕੇਸ਼ਨ ਲੱਗਦਾ ਵੀ ਹੈ, ਉਹ ਮੈਂ ਕਹਿੰਦਾ ਰੱਬ ਨਾ ਕਰੇ ਉਹ ਹੋਵੇ ਹੀ ਨਾ, ਆਟਿਜ਼ਮ ਨਾ ਹੋਵੇ, ਸਪੈਸ਼ਲ ਨੀਡ ਨਾ ਹੋਵੇ ਜੀ। ਬਟ ਜੇ ਨਹੀਂ ਵੀ ਹੈ ਤੇ ਉਹਨੂੰ ਇੱਕ ਵਾਰੀ ਕੰਸਲਟ ਕਰਨ ਦੇ ਵਿੱਚ ਕੀ ਨੁਕਸਾਨ ਹੈ? ਬਿਲਕੁਲ, ਕਿਉਂਕਿ ਇਹਦੀ ਇਹਦਾ ਇੱਕ ਹੀ ਇੱਕ ਐਵੀਡੈਂਸ ਬੇਸਡ ਅੱਜ ਦੀ ਡੇਟ 'ਚ ਇਲਾਜ ਹੈ, ਉਹ ਹੈ ਅਰਲੀ ਇੰਟਰਵੈਂਸ਼ਨ। ਅਰਲੀ ਇੰਟਰਵੈਂਸ਼ਨ ਹੋਣ ਤੇ ਜਦੋਂ ਬੱਚੇ ਦੇ ਨਾਲ ਸਾਰੀ ਥੈਰੇਪੀਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਨੂੰ ਇੱਕ ਇਹੋ ਜਿਹਾ ਕੋਈ ਸੈਟਅਪ ਮਿਲਦਾ ਜਿੱਥੇ ਅੰਡਰ ਦਾ ਵਨ ਰੂਫ ਸਾਰੀ ਫੈਸਿਲਿਟੀਜ਼ ਜੋ ਉਹਨੂੰ ਚਾਹੀਦੀਆਂ ਹੁੰਦੀਆਂ ਨੇ ਉਹ ਸਾਰੀਆਂ ਅਵੇਲੇਬਲ ਹੈ। ਕਿ ਸਮਝ ਲਓ ਕਿ ਕਿਸੇ ਨੂੰ ਲੱਗਦਾ ਕਿ ਇਦਾਂ ਹੈ, ਉਹ ਕਿੱਥੇ ਕੰਸਲਟ ਕਰਾਂ? ਦੇਖੋ ਜੀ, ਬਹੁਤ ਸਾਰੇ ਸੈਂਟਰਸ ਅੱਜ ਕੱਲ ਚੱਲਦੇ ਨੇ। ਮੈਂ ਅੱਜ ਜਿਹੜਾ ਤੁਹਾਡੇ ਨਾਲ ਇਹ ਡਿਸਕਸ਼ਨ ਕਰ ਰਿਹਾ, ਸੋ ਮੇਰਾ ਕੋਈ ਇਹ ਮੋਟੋ ਮਾਰਕੀਟਿੰਗ ਨਹੀਂ ਹੈ, ਤੁਸੀਂ ਸਮਝਣਾ, ਕਿਉਂਕਿ ਮੈਂ ਲੋਕਾਂ ਨੂੰ ਇਹ ਨਾ ਲੱਗੇ ਕਿ ਅਸੀਂ ਇਸ ਫੀਲਡ ਚ ਆਉਂਦੇ ਅਸੀਂ ਕੋਈ ਮਾਰਕੀਟਿੰਗ ਕਰ ਰਹੇ ਹਾਂ। ਬਿਲਕੁਲ, ਮੇਰਾ ਪਿਓਰਲੀ ਪਰਪਸ ਹੈ ਜਨਤਾ ਨੂੰ ਇਹਦੇ ਵਾਸਤੇ ਅਵੇਅਰ ਕਰਨਾ, ਅਵੇਅਰ ਕਰਨਾ, ਕਿਉਂਕਿ ਅੱਜ ਦੀ ਡੇਟ ਚ ਇਹਦੀ ਅਵੇਅਰਨੈਸ ਨਾ ਹੋਣ ਕਰਕੇ ਬੱਚਿਆਂ ਦਾ ਜਿਹੜਾ ਪ੍ਰੀਸ਼ੀਅਸ ਟਾਈਮ ਹੈ ਨਿਕਲ ਜਾਂਦਾ ਹੈ। ਤੁਸੀਂ ਪਹਿਲਾਂ ਤੇ ਮੈਂ ਕਹੂੰਗਾ ਕਿ ਐਵੇਂ ਦਾ ਕੋਈ ਵੀ ਇੰਡੀਕੇਸ਼ਨ ਦਿਖਦਾ ਤੁਸੀਂ ਆਪਣੇ ਡਾਕਟਰਸ ਦੇ ਨਾਲ ਜਾਂ ਪੀਡੀਆਟ੍ਰੀਸ਼ੀਅਨਸ ਦੇ ਨਾਲ ਡਿਸਕਸ ਕਰੋ ਜੀ। ਅਗਰ ਤੁਸੀਂ ਉਸ ਤੋਂ ਬਾਅਦ ਉਹਨਾਂ ਦੀ ਗਾਈਡੈਂਸ ਦੇ ਨਾਲ ਚੱਲੋ ਜਾਂ ਕਿਸੇ ਨਾ ਕਿਸੇ ਪ੍ਰੋਫੈਸ਼ਨਲਸ ਜਿਹੜੇ ਆਟਿਜ਼ਮ ਸਪੈਸ਼ਲਿਸਟ ਹੈਗੇ ਨੇ, ਜਿਹੜੇ ਪ੍ਰੋਫੈਸ਼ਨਲਸ ਹੈਗੇ ਨੇ, ਉਹਨਾਂ ਨਾਲ ਡੈਫੀਨੇਟਲੀ ਕੰਸਲਟ ਕਰੋ ਜੀ। ਸੋ ਸਾਡਾ ਸੈਂਟਰ ਵੀ ਹੈ, ਸਾਡੇ ਦੋ ਸੈਂਟਰ ਨੇ ਜਲੰਧਰ ਔਰ ਲੁਧਿਆਣਾ ਜੀ। ਸੋ ਤੁਸੀਂ ਉਹਨਾਂ ਦਾ ਮੈਂ ਤੁਹਾਨੂੰ ਐਡਰੈਸ ਵੀ ਮੈਂਸ਼ਨ ਕਰ ਦਿਆਂਗਾ ਜੀ ਜੀ ਪਲੀਜ਼। ਸੋ ਉਹਨਾਂ ਦੇ ਕੰਟੈਕਟ ਨੰਬਰ ਵੀ ਕਰ ਦਾਂਗਾ, ਤੁਸੀਂ ਉੱਥੇ ਵੀ ਡਿਸਕਸ ਕਰ ਸਕਦੇ ਹੋ ਜੀ। ਮੈਂ ਤੁਹਾਨੂੰ ਇਹਦੇ ਛਾੜਾ ਤੁਹਾਨੂੰ ਇਹਦੇ ਚ ਇਹੀ ਦੱਸਣਾ ਚਾਹੁੰਦਾ ਸੀਗਾ ਕਿ ਪੇਰੈਂਟਸ ਨੂੰ ਡਾਊਟ ਨਹੀਂ ਰੱਖਣਾ ਚਾਹੀਦਾ ਜੀ। ਅਗਰ ਨਹੀਂ ਵੀ ਹੈ ਤੇ ਸਾਨੂੰ ਕੋਈ ਨੁਕਸਾਨ ਨਹੀਂ ਹੈ ਬਿਲਕੁਲ। ਸਾਨੂੰ ਇੱਕ
ਕਿਸੇ ਨਾਲ ਡਿਸਕਸ ਜ਼ਰੂਰ ਕਰ ਲੈਣਾ ਚਾਹੀਦਾ ਆਪਣੇ ਬੱਚੇ ਦੀ ਲਾਈਫ ਨੂੰ ਪ੍ਰੀਸ਼ੀਅਸ ਟਾਈਮ ਗਵਾ ਨਾ ਲਈ ਆਪਣੇ ਬੱਚੇ ਦੀ ਲਾਈਫ ਨੂੰ ਸਿਕਿਉਰ ਕਰਨੇ ਨੇ ਅਗਰ ਕਿਸੇ ਨਾਲ ਡਿਸਕਸ ਕਰਦੇ ਜੀ 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 ਓਕੇ ਸਰ ਮੈਂ ਮਤਲਬ ਕਿ ਕਿਸੇ ਨਾਲ ਡਿਸਕਸ ਕਰ ਰਿਹਾ ਸੀ ਔਟਿਜ਼ਮ ਬਾਰੇ ਤੇ ਕਈ ਲੋਕ ਕਹਿੰਦੇ ਨੇ ਕਿ ਇਹਦੇ ਪਿੱਛੇ ਮੋਬਾਈਲ ਦਾ ਹੱਥ ਵੀ ਹੋ ਸਕਦਾ ਤੇ ਉਹਦੇ ਬਾਰੇ ਤੁਸੀਂ ਕੀ ਆਪਣੇ ਮਤਲਬ ਕਿ ਰੱਖਦੇ ਹੋ ਪੁਆਇੰਟਸ ਸੋ ਬਿਲਕੁਲ ਠੀਕ ਕੁਐਸਚਨ ਤੁਸੀਂ ਕਿਹਾ ਜਿਹੜਾ ਇਲੈਕਟ੍ਰੋਨਿਕ ਗੈਜਟ ਹੈਗੇ ਨਾ ਜੀ ਜਿਵੇਂ ਮੋਬਾਈਲ ਹੋ ਗਿਆ ਜਾਂ ਟੀਵੀ ਸਕਰੀਨਸ ਹੋ ਗਈਆਂ ਇਹ ਔਟਿਜ਼ਮ ਨੂੰ ਵਧਾਉਂਦੀਆਂ ਨੇ ਔਟਿਜ਼ਮ ਦਾ ਮਤਲਬ ਕੀ ਹੈ ਸੋ ਔਟਿਜ਼ਮ ਦਾ ਮਤਲਬ ਹੈ ਸਵੈਲੀਨ ਸਵੈਲੀਨਤਾ ਸੋ ਅਸੀਂ ਤੁਸੀਂ ਸਮਝਦੇ ਹੋ ਕਿ ਅਸੀਂ ਵੀ ਜਦੋਂ ਕਿਸੇ ਮੂਵੀ ਨੂੰ ਦੇਖਦੇ ਹਾਂ ਜਾਂ ਕਿਸੇ ਪਿਕਚਰ ਨੂੰ ਦੇਖਦੇ ਹਾਂ ਤੇ ਅਸੀਂ ਵੀ ਉਹਦੇ ਕਰੈਕਟਰ ਦੇ ਵਿੱਚ ਖੁੱਭ ਜਾਂਦੇ ਹਾਂ ਕੋਈ ਇਮੋਸ਼ਨਲ ਜਿਹਾ ਸੀਨ ਆ ਜਾਂਦਾ ਤੇ ਸਾਡੇ ਵੀ ਕਈ ਵਾਰੀ ਆਂਸੂ ਨਿਕਲ ਆਉਂਦੇ ਨੇ ਜੀ ਕੋਈ ਅੱਛੀ ਕਾਮੇਡੀ ਜੀ ਸੀਨ ਆ ਜਾਂਦਾ ਤੇ ਸਾਡੇ ਵੀ ਹਾਸੇ ਨਿਕਲਦੇ ਨੇ ਜੀ ਜੀ ਸੋ ਅਸੀਂ ਵੀ ਉਹਦੇ ਨਾਲ ਨਾ ਟੱਚ ਹੁੰਦੇ ਇਮੋਸ਼ਨਸ ਉਹਦੇ ਡੀਪਲੀ ਉਹਦੇ ਵਿੱਚ ਚਲੇ ਜਾਂਦੇ ਉਹਦੇ ਵਿੱਚ ਰੁੱਝ ਜਾਂਦੇ ਜੀ 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 ਸੋ ਇਲੈਕਟ੍ਰੋਨਿਕ ਗੈਜਟ ਕੀ ਕਰਦਾ ਹੈ ਬੱਚੇ ਨੂੰ ਆਪਣੇ ਨਾਲ ਬਹੁਤ ਜ਼ਿਆਦਾ ਕਨੈਕਟਡ ਕਰ ਦਿੰਦਾ ਹੈ ਜੀ ਬੱਚਾ ਪਹਿਲਾਂ ਹੀ ਆਪਣੇ ਅੰਦਰ ਸਵਲੀਨ ਹੈ ਤੇ ਜੇ ਉਹ ਇਸ ਇਲੈਕਟ੍ਰੋਨਿਕ ਗੈਜਟ ਦੇ ਨਾਲ ਅਟੈਚ ਰਹੇਗਾ ਤੇ ਹੋਰ ਜ਼ਿਆਦਾ ਸਵਲੀਨ ਹੁੰਦਾ ਰਹੇਗਾ ਸੋ ਔਟਿਜ਼ਮ ਨੂੰ ਵਧਾਏਗਾ ਓਕੇ ਇਸ ਲਈ ਅਸੀਂ ਬੱਚੇ ਨੂੰ ਟੀਵੀ ਸਕਰੀਨਸ ਤੋਂ ਜਾਂ ਮੋਬਾਈਲ ਦੀ ਸਕਰੀਨਸ ਤੋਂ ਹਟਾਉਣਾ ਚਾਹੁੰਦੇ ਹਾਂ ਅਸੀਂ ਉਹਨੂੰ ਚਾਹੁੰਦੇ ਹਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸੋਸ਼ਲਾਈਜ਼ ਹੋਵੇ ਆਪਣੀ ਫੈਮਿਲੀ ਦੇ ਨਾਲ ਥੋੜਾ ਜਿਹਾ ਘੁਲੇ ਮਿਲੇ ਜੀ ਸੋ ਉਹਨਾਂ ਦੇ ਨਾਲ ਘੁਲੇ ਮਿਲੇ ਜੀ ਕਿਉਂਕਿ ਇਲੈਕਟ੍ਰੋਨਿਕ ਗੈਜਟ ਉਹਨੂੰ ਉਹਨਾਂ ਤੋਂ ਹੋਰ ਤੋੜਦਾ ਹੈ ਜੀ ਸੋ ਇਸ ਲਈ ਉਹਨੂੰ ਅਵੋਇਡ ਕੀਤਾ ਜਾਂਦਾ ਇਸ ਲਈ ਮੰਨਿਆ ਵੀ ਜਾਂਦਾ ਕਿ ਉਹਦਾ ਵੀ ਬਹੁਤ ਵੱਡਾ ਰੀਜ਼ਨ ਹੋ ਸਕਦਾ ਜੀ ਸਰ ਮੈਂ ਚਾਹੂੰਗਾ ਕਿ ਤੁਸੀਂ ਕੁਝ ਟਿਪਸ ਦਿਓ ਸਾਡੇ ਜੋ ਆਡੀਅੰਸ ਹੈ ਉਹਨਾਂ ਨੂੰ ਕਿ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਟੀਵੀ ਤੋਂ ਜਾਂ ਮੋਬਾਈਲ ਤੋਂ ਹਟਾਉਣਾ ਚਾਹੁੰਦੇ ਹੋ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਪੇਰੈਂਟਸ ਕੀ ਕਰਦੇ ਨੇ ਕਿ ਉਹ ਕਹਿੰਦੇ ਨੇ ਕਿ ਪਤਾ ਨਹੀਂ ਮੇਰੇ ਬੱਚੇ ਦਾ ਡਾਇਗਨੋਸ ਹੋ ਗਿਆ ਹੁਣ ਕੀ ਹੋਏਗਾ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਜੀ ਬਹੁਤ ਸਾਰੀ ਸਾਇੰਸ ਤਰੱਕੀ ਕਰ ਰਹੀ ਹੈ ਧੀਰੇ ਧੀਰੇ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਅੱਜ ਇੰਨੀ ਡਿਗਰੀਜ਼ ਹੋ ਗਈਆਂ ਨੇ ਇੰਨੇ ਪ੍ਰੋਫੈਸ਼ਨਲਸ ਹੋ ਗਏ ਨੇ ਇਹਦੇ ਸਾਰੇ ਸੋਲੂਸ਼ਨਸ ਨੇ ਬਸ ਪੇਸ਼ੈਂਸ ਰੱਖਣ ਦੀ ਲੋੜ ਹੈ ਬਿਲਕੁਲ ਸਰ ਰਾਈਟ ਸੋ ਜੇ ਔਰ ਸਭ ਤੋਂ ਵੱਡੀ ਚੀਜ਼ ਦੱਸਾਂ ਕਿ ਉਹਨਾਂ ਪ੍ਰੋਫੈਸ਼ਨਲਸ ਤੋਂ ਵੀ ਪਹਿਲਾਂ ਜਿਹੜੀ ਬਹੁਤ ਜ਼ਰੂਰੀ ਚੀਜ਼ ਹੈ ਨਾ ਉਹ ਹੈ ਤੁਸੀਂ ਆਪ ਕਿਉਂਕਿ ਜਦੋਂ ਤੁਸੀਂ ਅਵੇਅਰ ਹੋ ਜਾਂਦੇ ਹੋ ਨਾ ਤੇ ਫਿਰ ਤੁਹਾਡੇ ਬੱਚੇ ਦੀ ਜ਼ਿੰਦਗੀ ਬਹੁਤ ਸਮੂਥ ਹੋ ਜਾਂਦੀ ਹੈ ਔਰ ਉਹਦੇ ਨਾਲ ਕੰਮ ਕਰਨਾ ਬਹੁਤ ਆਸਾਨ ਹੋ ਜਾਂਦਾ ਜੀ ਬਿਲਕੁਲ ਸੋ ਉਹਨਾਂ ਨੂੰ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਕਿਸੇ ਪ੍ਰੋਫੈਸ਼ਨਲ ਦੇ ਨਾਲ ਸਲਾਹ ਕਰਨੀ ਚਾਹੀਦੀ ਹੈ ਉਸ ਬੱਚੇ ਦੇ ਇੱਕ ਸਟਰਕਚਰਸ ਬਣ ਜਾਂਦੇ ਨੇ ਉਹਨੂੰ ਕਿਵੇਂ ਬਿਜ਼ੀ ਕਰਨਾ ਹੈ ਜੀ ਕਿਵੇਂ ਉਸ ਮੋਬਾਈਲ ਸਕਰੀਨ ਤੋਂ ਜਾਂ ਟੀਵੀ ਦੀ ਸਕਰੀਨ ਤੋਂ ਹਟਾਉਣਾ ਹੈ ਜੀ ਸੋ ਉਹਨੂੰ ਕਿਵੇਂ ਕਰਾਉਣਾ ਹੈ ਉਹ ਸਾਰਾ ਦੱਸਿਆ ਜਾਂਦਾ ਹੈ ਓਕੇ ਮੇਰੇ ਸੈਂਟਰ ਦਾ ਇਹੀ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਸਰ ਜੀ 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 ਮੈਂ ਹਮੇਸ਼ਾ ਮੈਨੂੰ ਜਰਨਲੀ ਬੱਚਾ ਆਉਂਦਾ ਹੈ ਜਾਂ ਪੇਰੈਂਟਸ ਆਉਂਦੇ ਨੇ ਤੇ ਉਹ ਪੁੱਛਦੇ ਨੇ ਜੀ ਮੇਰਾ ਬੱਚਾ ਕਿੰਨੀ ਦੇਰ 'ਚ ਠੀਕ ਹੋ ਜਾਏਗਾ ਬਿਲਕੁਲ ਸੋ ਮੇਰਾ ਬੱਚਾ ਠੀਕ ਹੋ ਜਾਏਗਾ ਮੈਂ ਉਹਨਾਂ ਨੂੰ ਹਮੇਸ਼ਾ ਇੱਕ ਚੀਜ਼ ਸਮਝਾਉਂਦਾ ਜੀ ਅਗਰ ਬੱਚਾ ਮੈਂ ਠੀਕ ਕਰ ਲੈਂਦਾ ਤੇ ਮੇਰੇ ਸੈਂਟਰ 'ਚ ਆਉਣ ਵਾਲੇ ਸਾਰੇ ਬੱਚੇ ਠੀਕ ਹੋ ਜਾਂਦੇ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਹੀ ਬੱਚਾ ਠੀਕ ਕਰ ਲੈਂਦਾ ਅੱਜ ਬਿਲਕੁਲ ਬਿਲਕੁਲ ਸਰ ਸੋ ਮੇਰੇ ਹੱਥ 'ਚ ਕੋਈ ਜਾਦੂਈ ਪਾਵਰ ਨਹੀਂ ਹੈ ਜਾਂ ਮੇਰੇ ਕੋਲ ਕੋਈ ਜਾਦੂ ਨਹੀਂ ਹੈ ਕਿ ਮੈਂ ਛੜੀ ਘੁਮਾਵਾਂਗਾ ਤੇ ਬੱਚਾ ਠੀਕ ਹੋ ਜਾਏਗਾ ਜਾਂ ਤੁਸੀਂ ਤਾਂ ਗਾਈਡੈਂਸ ਦੇ ਸਕਦੇ ਹੋ ਬੱਚੇ ਨੂੰ ਠੀਕ ਕਰ ਸਕਦਾ ਹੈ ਉਹਦੀ ਫੈਮਿਲੀ ਜਦੋਂ ਬੰਦਾ ਪੁੱਛਦਾ ਨਾ ਕਿੰਨੀ ਦੇਰ 'ਚ ਠੀਕ ਹੋ ਜਾਏਗਾ ਮੈਂ ਉਹਨੂੰ ਕਹਿੰਦਾ ਜੀ ਉਨੀ ਦੇਰ 'ਚ ਜਿੰਨਾ ਜ਼ਿਆਦਾ ਤੁਸੀਂ ਇਨਵੋਲਵ ਹੋ ਜਾਓ ਜਿੰਨੇ ਤੁਸੀਂ ਇਨਵੋਲਵ ਹੋ ਜਾਓਗੇ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਤੁਹਾਡਾ ਬੱਚਾ ਉਨੀ ਜਲਦੀ ਠੀਕ ਹੋ ਜਾਏਗਾ ਇਹਦੀਆਂ ਇੱਕ ਨਹੀਂ ਬਹੁਤ ਸਾਰੀਆਂ ਸਾਡੇ ਕੋਲ ਉੱਥੇ ਐਗਜ਼ਾਮਪਲਸ ਹੈਗੀਆਂ ਨੇ ਬਹੁਤ ਸਾਰੇ ਪੇਰੈਂਟਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਤੁਹਾਡੇ ਨਾਲ ਮਿਲਵਾ ਸਕਦੇ ਹਾਂ ਕਰ ਸਕਦੇ ਹਾਂ ਦਿਖਾ ਸਕਦੇ ਹਾਂ ਬਿਲਕੁਲ ਸਰ ਸੋ ਸਭ ਤੋਂ ਵੱਡੀ ਇਹਦੇ 'ਚ ਸਮਝਣ ਵਾਲੀ ਚੀਜ਼ ਜਿਹੜੀ ਹੈ ਨਾ ਉਹ ਖੁਦ ਨੂੰ ਐਜੂਕੇਟਿਡ ਬਣਾਉਣਾ ਹੈ ਜੀ ਕਿ ਖੁਦ ਨੂੰ ਉਹਦੇ ਬਾਰੇ ਜਾਣੂ ਕਰਵਾਉਣਾ ਹੈ ਸੋ ਮੈਂ ਹਮੇਸ਼ਾ ਕਹਿੰਦਾ ਜੀ ਮੈਂ ਬੱਚੇ ਨੂੰ ਠੀਕ ਕਰਨ ਵਾਸਤੇ ਸੈਟਅਪ ਨਹੀਂ ਖੋਲਿਆ ਜੀ ਮੈਂ ਪੇਰੈਂਟਸ ਨੂੰ ਟ੍ਰੇਨ ਕਰਨ ਵਾਸਤੇ ਸੈਟਅਪ ਖੋਲਿਆ ਇਹਦੇ ਪਿੱਛੇ ਮੰਨਿਆ ਜਾ ਸਕਦਾ ਹੈ ਕਿਤੇ ਨਾ ਕਿਤੇ ਕਿ
ਪੇਰੈਂਟਸ ਨੂੰ ਚਾਹੀਦਾ ਸਭ ਤੋਂ ਪਹਿਲਾਂ ਕਿ ਆਪਣੇ ਬੱਚੇ ਦੀ, ਜੇ ਕਿਸੇ ਤੁਸੀਂ ਪ੍ਰੋਫੈਸ਼ਨਲਸ ਤੇ ਜਾਂ ਸੈਂਟਰਸ ਤੇ ਡਿਪੈਂਡ ਹੁੰਦੇ ਜਾਓਗੇ ਤੇ ਫਿਰ ਤੇ ਤੁਸੀਂ ਸਾਲਾ ਸਾਲ ਉਹਨਾਂ ਤੇ ਹੀ ਡਿਪੈਂਡ ਰਹਿ ਜਾਓਗੇ ਔਰ ਹਮੇਸ਼ਾ ਉਹਨਾਂ ਦੇ ਨਾਲ ਹੀ ਲੱਗੇ ਰਹੋਗੇ। ਤੇ ਜੇ ਕਿਤੇ ਤੁਸੀਂ ਖੁਦ ਟ੍ਰੇਨਡ ਹੋ ਜਾਓਗੇ ਔਰ ਤੁਹਾਨੂੰ ਖੁਦ ਨੂੰ ਪਤਾ ਚੱਲ ਜਾਏਗਾ ਕਿ ਕਿਵੇਂ ਡੀਲ ਕਰਨਾ ਹੈ, ਤਾਂ ਤੁਸੀਂ ਉਹਨੂੰ ਬਹੁਤ ਜਲਦੀ ਮੈਨੇਜ ਕਰ ਸਕਦੇ ਹੋ, ਕਿਉਂਕਿ ਇਹ ਕੋਈ ਬਿਮਾਰੀ ਥੋੜੀ ਨਾ, ਇਹ ਕੰਡੀਸ਼ਨ ਹੈ। ਸੋ ਇਸ ਕੰਡੀਸ਼ਨ ਲਈ ਮੈਂ ਜਿਹੜੀ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਗੱਲ ਕਰ ਰਿਹਾ ਸੀ ਕਿ ਅਰਲੀ ਇੰਟਰਵੈਂਸ਼ਨ ਇਹਦਾ ਇੱਕ ਇਲਾਜ ਹੈ। ਉਹਦੇ ਚ ਅਸੀਂ ਹਮੇਸ਼ਾ ਦੱਸਦੇ ਹਾਂ ਕਿ ਅਗਰ ਬੱਚੇ ਦਾ ਡਾਇਗਨੋਸ ਕਿਤੇ 5 ਸਾਲ ਤੋਂ ਪਹਿਲਾਂ ਹੋ ਜਾਏ ਤੇ ਬਹੁਤ ਹੀ ਵਧੀਆ, ਜੇ ਕਿਤੇ 3 ਸਾਲ ਤੋਂ ਪਹਿਲਾਂ ਹੋ ਜਾਏ ਹੋਰ ਹੀ ਵਧੀਆ, ਹੋਰ ਹੀ ਵਧੀਆ, ਕਿਉਂਕਿ ਉਹਦੇ ਕੋਲ ਇੱਕ ਟਾਈਮ ਮਿਲ ਜਾਂਦਾ ਔਰ ਡਾਇਗਨੋਸ ਹੋਣ ਤੋਂ ਬਾਅਦ ਕਿਤੇ ਕੋਈ ਇਹੋ ਜਿਹਾ ਸੈਟਅਪ ਮਿਲ ਜਾਏ ਜਿਹੜਾ ਉਹਨੂੰ ਇੱਥੋਂ ਨਹੀਂ ਦਿਲ ਤੋਂ ਸਪੋਰਟ ਕਰਕੇ, ਦਿਲ ਤੋਂ ਸਮਝ ਕੇ ਉਹਦੇ ਨਾਲ ਕੰਮ ਕਰੇ ਤੇ ਬੱਚਾ ਆਲਮੋਸਟ ਨੋਰਮਲ ਲਾਈਫ ਵਿੱਚ ਖੜਾ ਹੋ ਜਾਵੇ। ਬਿਲਕੁਲ ਸਰ, ਬਿਲਕੁਲ ਬਹੁਤ ਸਹੀ ਗੱਲ ਕੀਤੀ ਤੁਸੀਂ। ਜਦੋਂ ਤੁਹਾਨੂੰ ਆਪਣੇ ਬੇਬੀ ਬਾਰੇ ਪਤਾ ਲੱਗਾ ਸੀਗਾ, ਉਹਦੇ ਪਿੱਛੇ ਕੀ ਸਿੰਪਟਮ ਸੀਗੇ ਔਰ ਕਦੋਂ ਪਤਾ ਲੱਗਾ ਜੀ ਸਾਨੂੰ? ਜੀ ਮੈਂ ਵੀ ਇੱਕ ਇੰਡੀਅਨ ਟੈਂਡੈਂਸੀ ਤੁਹਾਨੂੰ ਦੱਸੂਗਾ। ਜਦੋਂ ਮੇਰੇ ਬੱਚੇ ਦਾ ਡਾਇਗਨੋਸ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਹੀ ਨਹੀਂ ਮੰਨਦਾ ਸੀ, ਅੱਜ ਮੈਂ ਪੇਰੈਂਟਸ ਨੂੰ ਤੇ ਜ਼ਰੂਰ ਸਮਝਾਉਂਦਾ ਹਾਂ। ਪਹਿਲਾਂ ਮੈਂ ਵੀ ਖੁਦ ਐਵੇਂ ਦਾ ਹੀ ਸੀ ਜੀ। ਮੈਂ ਕਹਿੰਦਾ ਸੀ, ਇੱਕ ਸੈਕਿੰਡ ਰੁਕੂੰਗਾ, ਕੀ ਹੁਣ ਜਦੋਂ ਤੁਸੀਂ ਪੇਰੈਂਟਸ ਨੂੰ ਸਮਝਾਉਂਦੇ ਹੋ ਕਿ ਉਹਨਾਂ ਨੂੰ ਉਸ ਚੀਜ਼ ਦੇ ਬਾਰੇ ਸਮਝ ਲੱਗ ਜਾਂਦੀ? ਹੁਣ ਵੀ ਬਹੁਤ ਸਾਰੇ ਪੇਰੈਂਟਸ, ਜਿਵੇਂ ਜਿਵੇਂ ਅਵੇਅਰਨੈਸ ਵਧਦੀ ਪਈ ਹੈ ਕੁਛ ਨੂੰ ਤਾਂ ਸਮਝ ਆ ਜਾਂਦੀ ਹੈ, ਬਟ ਕੁਛ ਲੋਕ ਨਾ ਇਹਨੂੰ ਕੁਤੇ ਹੋਰ ਹੀ ਲੈ ਜਾਂਦੇ ਨੇ, ਉਹ ਨਹੀਂ ਸਮਝ ਪਾਉਂਦੇ, ਉਹਨਾਂ ਦਾ ਹਜੇ ਵੀ ਡਿਨਾਇਲ ਮੈਕੈਨਿਜ਼ਮ ਬਹੁਤ ਜ਼ਬਰਦਸਤ ਹੈ। ਉਹ ਕਹਿੰਦੇ ਜੀ ਮੇਰਾ ਬੱਚਾ ਬਸ ਇਹ ਛੋਟਾ ਜਿਹਾ ਕੰਮ ਨਹੀਂ ਕਰਦਾ, ਕਹਿਣਾ ਹੀ ਨਹੀਂ ਮੰਨਦਾ, ਜਾਂ ਮਤਲਬ ਇਹ ਚੀਜ਼ ਨਹੀਂ ਕਰਦਾ, ਏਦਾਂ ਨਹੀਂ ਕਰਦਾ, ਉਹ ਸਮਝਦੇ ਨਹੀਂ ਆ ਹਜੇ ਵੀ, ਉਹਨਾਂ ਦਾ ਡਿਨਾਇਲ ਮੈਕੈਨਿਜ਼ਮ ਬਹੁਤ ਜ਼ਬਰਦਸਤ ਹੈ। ਮੈਂ ਉਹਨਾਂ ਦੇ ਦਰਦ ਨੂੰ ਸਮਝ ਸਕਦਾ ਵਾਂ ਜੀ, ਕਿਉਂਕਿ ਮੈਂ ਖੁਦ ਵੀ ਐਵੇਂ ਦਾ ਸੀ, ਮੈਨੂੰ ਖੁਦ ਨੂੰ ਸਮਝਣ ਨੂੰ ਵੀ ਇਹਨੂੰ ਟਾਈਮ ਲੱਗ ਗਿਆ ਸੀ ਜੀ ਜੀ, ਬਟ ਮੈਂ ਜਿਹੜੀ ਗਲਤੀ ਕੀਤੀ ਹੈ ਮੈਂ ਇਹੀ ਨਹੀਂ ਚਾਹੁੰਦਾ ਕਿ ਹੁਣ ਉਹ ਪੇਰੈਂਟਸ ਉਹ ਗਲਤੀ ਕਰੇ ਜੀ ਜੀ ਜੀ। ਸੋ ਅਗਰ ਮੈਂ ਉਸ ਗਲਤੀ ਤੋਂ ਸਿੱਖ ਲੈ ਕੇ ਕਿਸੇ ਹੋਰ ਨੂੰ ਸਮਝਾ ਸਕਦਾ ਤਾਂ ਮੈਂ ਚਾਹੂੰਗਾ ਕਿ ਡੈਫੀਨੇਟਲੀ ਉਹਨੂੰ ਸਮਝਾਵਾਂ, ਕਿਉਂਕਿ ਅਗਰ ਇਹਨੂੰ ਮੰਨ ਲੈਂਦੇ ਹਾਂ ਜਾਂ ਐਕਸੈਪਟ ਕਰ ਲੈਂਦੇ ਹਾਂ ਤੇ ਉਹ ਉਸ ਬੱਚੇ ਦੇ ਲਈ ਬਹੁਤ 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 ਬੈਨੀਫਿਸ਼ੀਅਲ ਹੋ ਸਕਦਾ ਜੀ। ਬੱਚਾ ਆਲਮੋਸਟ ਨਾਰਮਲ ਟੂ ਲਾਈਫ ਖੜਾ ਹੋ ਜਾਂਦਾ ਹੈ, ਇਹ ਮੈਂ ਗਾਰੰਟੀ ਦੇ ਰਿਹਾ। ਸਿਰਫ ਇਹਦੇ ਲਈ ਦੋ ਹੀ ਚੀਜ਼ਾਂ ਸ਼ਿਓਰਿਟੀ ਦੀ ਚਾਹੀਦੀਆਂ ਨੇ, ਪਹਿਲਾਂ ਤੇ ਇੱਕ ਸੈਟਅਪ ਜਿੱਥੇ ਕਿ ਸਾਰੇ ਪ੍ਰੋਫੈਸ਼ਨਲ ਹੋਣ ਔਰ ਉਹਨੂੰ ਪੂਰੀ ਡੈਡੀਕੇਸ਼ਨ ਦੇ ਨਾਲ ਪੂਰੇ ਦਿਲ ਤੋਂ ਦੇ ਨਾਲ ਮਿਹਨਤ ਕਰਕੇ ਕੰਮ ਕਰਨ ਜੀ। ਦੂਸਰਾ, ਉਸ ਤੋਂ ਵੀ 20 ਗੁਣਾ ਜ਼ਿਆਦਾ ਸਟਰੈਂਥ ਦੇ ਨਾਲ ਉਹਦੀ ਫੈਮਿਲੀ ਔਰ ਉਹਦੇ ਪੇਰੈਂਟਸ ਉਹਦੇ ਨਾਲ ਇਨਵੋਲਵ ਹੋ ਕੇ ਉਹਦੇ ਨਾਲ ਕੰਮ ਕਰਨ। ਬਿਲਕੁਲ ਸਰ, ਬਿਲਕੁਲ। ਜਦੋਂ ਇਹ ਹੋ ਜਾਏਗਾ ਮੇਰੇ ਕੋਲ ਲਿਖ ਕੇ ਲੈ ਲੈਣਾ ਜੀ, ਉਸ ਬੱਚੇ ਚ ਬਹੁਤ ਚੇਂਜਿਸ ਆਉਂਦੇ ਨੇ, ਬਹੁਤ ਚੇਂਜਿਸ ਆਉਂਦੇ ਨੇ। ਬਿਲਕੁਲ ਬਿਲਕੁਲ ਜੀ। ਓਕੇ ਸਰ, ਜਿੱਦਾਂ ਕਿ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਕਿ ਜਦੋਂ ਤੁਹਾਨੂੰ ਪਤਾ ਲੱਗਾ ਉਹਦੇ ਵਿੱਚ ਕੀ ਸਿੰਪਟਮ ਮਤਲਬ ਤੁਹਾਨੂੰ ਨਜ਼ਰ ਆਏ ਸੀਗੇ ਬੱਚੇ ਚ? ਮੈਂ ਉਹੀ ਦੱਸਿਆ ਜੀ, ਜਦੋਂ ਉਹਦਾ ਡਾਇਗਨੋਸ ਹੋਇਆ ਸਾਨੂੰ ਪਤਾ ਲੱਗਿਆ, ਪਹਿਲਾਂ ਤੇ ਮੈਂ ਆਪਣੇ ਵਾਈਫ ਨੂੰ ਕਿਹਾ ਨਹੀਂ ਨਹੀਂ ਉਹਨੂੰ ਕੋਈ ਪ੍ਰੋਬਲਮ ਨਹੀਂ, ਉਹ ਦੇਖੋ ਤੇ ਟੀਵੀ ਦੇਖ ਕੇ ਕਿੰਨਾ ਸੋਹਣਾ ਹੱਸਦਾ ਹੈ, ਉਹਦੇ ਕੋਲ ਇਹ ਕਰਦਾ, ਉਹ ਆਪਣੇ ਆਪ ਖਾਂਦਾ, ਉਹ ਮਿਲਦਾ, ਪਾਪਾ ਨੂੰ ਹੱਕ ਕਰਦਾ, ਇਹ ਕਰਦਾ, ਉਹ ਕਰਦਾ, ਸਭ ਕੁਝ ਕਰਦਾ ਜੀ। ਸੋ ਬਚਪਨ ਮੈਂ ਉਹਨੂੰ ਐਕਸੈਪਟ ਨਹੀਂ ਕਰਿਆ ਸੀ, ਪਰ ਜਿਹੜੀ ਮਦਰ ਹੁੰਦੀ ਹੈ ਨਾ ਜੀ, ਉਹ ਬੱਚੇ ਨੂੰ ਬਹੁਤ ਜਲਦੀ ਜਾਂਚ ਕਰ ਲੈਂਦੀ ਹੈ। ਜਦੋਂ ਮੇਰੇ ਬੱਚੇ ਦਾ ਡਾਇਗਨੋਸ ਹੋਇਆ ਸੀ ਨਾ ਜੀ, ਮੇਰੀ ਵਾਈਫ ਮੈਨੂੰ ਕਹਿੰਦੀ ਸੀ ਕਿ ਨਹੀਂ ਉਹਨੂੰ ਉਹਦੇ ਨਾਮ ਤੇ ਪੁਕਾਰਨ ਤੇ ਉਹ ਰਿਸਪੋਂਡ ਨਹੀਂ ਕਰਦਾ, ਠੀਕ ਹੈ, ਉਹ ਜਿੱਦ ਜ਼ਿਆਦਾ ਕਰਦਾ। ਕਿਹੜੀ ਏਜ ਚ ਮਤਲਬ ਤੁਹਾਨੂੰ? ਆਲਮੋਸਟ ਉਹਦਾ ਜਿਹੜਾ ਡਾਇਗਨੋਸ ਸੀ 2.5 ਸਾਲ ਤੇ ਹੋ ਗਿਆ ਸੀ ਜੀ। ਓਕੇ, ਬਟ ਪ੍ਰੋਬਲਮ ਸਾਨੂੰ ਇਹੀ ਆਈ ਹੈ ਕਿ ਉਸ ਟਾਈਮ ਤੇ ਸਾਨੂੰ ਕੋਈ ਏਦਾਂ ਦਾ ਸੈਟਅਪ ਹੀ ਨਹੀਂ ਮਿਲਿਆ ਜਿਹੜਾ ਕਿ ਉਹਦੇ ਨਾਲ ਦਿਲੋਂ ਕੰਮ ਕਰਦਾ। ਸੈਟਅਪ ਮਿਲੇ, ਬਟ ਉਹ ਮੈਂ ਉਹਨਾਂ ਨੂੰ ਗਲਤ ਨਹੀਂ ਕਵਾਂਗਾ, ਕਿਉਂਕਿ ਉਹਨਾਂ ਦਾ ਆਪਣਾ ਕੰਮ ਹੈ। ਪੇਰੈਂਟ ਆ ਮੈਂ ਕੀ ਚੀਜ਼ ਨੂੰ ਲੜ ਲੜ ਕੇ ਅੱਜ ਆਪਣੇ ਬੱਚੇ ਨੂੰ ਕਿੱਥੋਂ ਤੱਕ ਇੰਡੀਪੈਂਡੈਂਟ ਕੀਤਾ, ਮੈਨੂੰ ਪਤਾ ਕਿੱਡਾ ਵੱਡਾ ਟਾਸਕ ਸੀ, ਪਰ ਉਹ ਹੁਣ ਸਮਝ ਆ ਗਿਆ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ, ਇਸ ਕਰਕੇ ਮੇਰੇ ਲਈ ਵੱਡਾ ਸੀ।
ਅੱਜ ਮੈਨੂੰ ਪਤਾ ਕਿ ਉਹਨੂੰ ਮੈਨੇਜ ਕਿਵੇਂ ਕਰਨਾ। ਮੈਂ ਇਸ ਲਈ ਪੇਰੈਂਟਸ ਨੂੰ ਕਹਿੰਦਾ ਆਓ ਮਿਲ ਕੇ ਬੈਠਦੇ ਹਾਂ, ਤੁਹਾਨੂੰ ਦੱਸਦੇ ਹਾਂ ਕਿ ਉਹਨੂੰ ਕਿਵੇਂ ਕਰਨਾ। ਜੀ 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 ਜੀ, ਕੁਛ ਨਹੀਂ ਹੈ, ਉਹ ਬੱਚੇ ਦਾ ਕਸੂਰ ਨਹੀਂ ਹੈ, ਬਲਕਿ ਸਾਡਾ ਕਸੂਰ ਹੁੰਦਾ ਕਿਉਂਕਿ ਅਸੀਂ ਉਹਨੂੰ ਅੰਡਰਸਟੈਂਡ ਹੀ ਨਹੀਂ ਕਰਦੇ ਹਾਂ। ਜੀ ਤੁਸੀਂ ਸਮਝਣਾ, ਪਤਾ ਕੀ ਹੁੰਦਾ ਜਦੋਂ ਬੱਚਾ ਕੋਈ ਸਪੈਸ਼ਲ ਹੁੰਦਾ ਨਾ, ਅਸੀਂ ਉਹਨੂੰ ਅੰਡਰ ਐਸਟੀਮੇਟ ਕਰ ਦਿੰਦੇ ਹਾਂ। ਬੱਚਾ ਆਪਣੀ ਹਰ ਚੀਜ਼ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹਦਾ ਤਰੀਕਾ ਥੋੜਾ ਅਲੱਗ ਹੁੰਦਾ। ਜੀ ਜੀ ਜੀ, ਬਸ ਉਹ ਤਰੀਕੇ ਨੂੰ ਹੀ ਸਮਝਣਾ। ਮੈਂ ਪਹਿਲਾਂ, ਮੇਰੇ ਲਈ ਮੈਨੂੰ ਇੰਝ ਲੱਗਦਾ ਸੀ ਕਿ ਇਹ ਬਹੁਤ ਵੱਡਾ ਟਾਸਕ ਹੈ। ਤੁਸੀਂ ਸਮਝਣਾ ਕਿ ਮੈਂ ਸੰਯਮ ਨੂੰ, ਅੱਜ ਸੰਯਮ ਇੰਨੀਆਂ ਚੀਜ਼ਾਂ ਕਰਦਾ ਹੈ, ਉਹ 40-50-60% ਤੱਕ ਮੇਰੇ ਹਿਸਾਬ ਨਾਲ ਨਾਰਮਲ ਹੋ ਚੁੱਕਾ। ਮੇਰੇ ਕੋਲ ਲੋਟਸ ਆਫ ਵੀਡੀਓ, ਮੈਂ ਤੁਹਾਨੂੰ ਦਿਖਾਊਂਗਾ ਉਹ ਆਪਣੀ ਆਪਣੀ ਰੂਟੀਨ ਦੀ ਹਰ ਚੀਜ਼ ਨੂੰ, ਜਿਹਨੂੰ ਅਸੀਂ ADL ਕਹਿੰਦੇ ਹਾਂ, ਐਕਟੀਵਿਟੀ ਆਫ ਡੇਲੀ ਲਿਵਿੰਗ, ਉਹ 60% ਤੱਕ ਖੁਦ ਇੰਡੀਪੈਂਡੈਂਟਲੀ ਕਰਦਾ। ਪਲੀਜ਼ ਸਰ, ਤੁਸੀਂ ਸਾਨੂੰ ਵੀਡੀਓਜ਼ ਦਈਓ, ਅਸੀਂ ਜ਼ਰੂਰ ਲਗਾਵਾਂਗੇ। ਮੈਂ ਡੈਫੀਨਿਟਲੀ ਹੋਪ ਸੋ ਸਾਡੀ ਆਡੀਅੰਸ ਨੂੰ ਵੀ ਸਮਝ ਲਵੇ। ਮੈਂ ਡੈਫੀਨਿਟਲੀ ਸੇਮ ਦੀ ਸਾਰੀ ਵੀਡੀਓ ਸ਼ੇਅਰ ਕਰਾਂਗਾ। ਹੀ ਇਜ਼ ਅ ਵੈਰੀ ਗੁੱਡ ਸਵਿਮਰ। ਤੁਸੀਂ ਉਹਨੂੰ ਅੱਜ 50 ਫੁੱਟ ਸਵਿਮਿੰਗ ਪੂਲ ਚ ਉਤਾਰ ਦਿਓ, ਉਹਨੂੰ ਕੋਈ 1% ਟੈਨਸ਼ਨ ਨਹੀਂ, ਉਹ ਡੁੱਬ ਜਾਏਗਾ। ਉਹ ਵੈਰੀ ਗੁੱਡ ਸਕੇਟਿੰਗ ਕਰਦਾ। ਉਹਨੂੰ ਤੁਸੀਂ ਸਕੇਟਸ ਪਾ ਕੇ ਪੌੜੀਆਂ ਚੜਾ ਦਿਓ, ਉਹ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ। ਉਹ ਬਹੁਤ ਅੱਛਾ ਡਾਂਸ ਕਰਦਾ, ਉਹ ਆਪਣੀ ਸਾਈਕਲਿੰਗ ਕਰਦਾ। ਪਰ ਜਦੋਂ ਪਹਿਲੀ ਵਾਰੀ ਮੈਂ ਉਹਨੂੰ ਸਾਈਕਲ ਫੜਾਇਆ ਸੀ, ਮੈਨੂੰ ਲੱਗਦਾ ਸੀ ਕਿ ਪਤਾ ਨਹੀਂ ਯਾਰ ਜ਼ਿੰਦਗੀ ਚ ਕਦੀ ਸਾਈਕਲ ਚਲਾ ਪਾਏਗਾ ਵੀ ਨਹੀਂ। ਅੱਜ ਉਹ ਏਡਾ ਜ਼ਬਰਦਸਤ ਰੋਡ ਤੇ ਸਾਈਕਲ ਚਲਾਉਂਦਾ। ਮੈਂ ਪਹਿਲੀ ਵਾਰੀ ਉਹਨੂੰ ਸਵਿਮਿੰਗ ਪੂਲ ਚ ਲਾਇਆ ਸਵਿਮਿੰਗ ਕਰਾਉਣ ਲਈ, ਤੇ ਮੇਰਾ ਪਹਿਲੇ ਦਿਨ ਇਹ ਡਰ ਸੀ ਪਤਾ ਨਹੀਂ ਸੰਯਮ ਕਿਵੇਂ ਸਿੱਖੇਗਾ। ਹਾਲਾਂਕਿ ਉਹਨੂੰ ਸਿਖਾਉਣ ਤੋਂ ਪਹਿਲਾਂ ਕੋਈ ਜਲਦੀ ਸਪੈਸ਼ਲ ਬੱਚੇ ਨੂੰ ਲੈਂਦਾ ਨਹੀਂ ਹੈ। ਮੈਨੂੰ 2.5-3 ਮਹੀਨੇ ਲੱਗੇ ਖੁਦ ਸਵਿਮਿੰਗ ਸਿੱਖੀ। ਮੇਰੇ ਬ੍ਰਦਰ ਨੇ ਵੀ ਮੇਰੇ ਨਾਲ ਜਾ ਕੇ ਸਵਿਮਿੰਗ ਸਿੱਖੀ ਕਿ ਅਸੀਂ ਦੋਨੋਂ ਜਣੇ ਰਲ ਕੇ ਉਹਦੇ ਨਾਲ ਕੰਮ ਕਰ ਪਾਈਏ। 2.5-2.5 ਮਹੀਨੇ ਸਾਨੂੰ ਦੋਨਾਂ ਨੂੰ ਲੱਗੇ ਸਵਿਮਿੰਗ ਸਿਖਾਉਣ ਨੂੰ। ਪਰ ਜਿਸ ਦਿਨ ਅਸੀਂ, ਮੈਂ ਸਵਿਮ ਨੂੰ ਪਹਿਲੇ ਦਿਨ ਲਾਇਆ, ਮੇਰੀ ਸੋਚ ਸੀਗੀ ਕਿ ਪਤਾ ਨਹੀਂ ਸਿੱਖੇਗਾ ਕਿ ਸਿੱਖੇਗਾ, ਸਾਨੂੰ 2.5 ਮਹੀਨੇ ਲੱਗੇ, ਉਹਨੇ 2.5 ਦਿਨ ਦੇ ਵਿੱਚ ਸਵਿਮਿੰਗ ਸਿੱਖੀ। ਓਹ ਮਾਈ, ਅਸੀਂ 2.5 ਮਹੀਨੇ ਬਾਅਦ ਵੀ 8 ਫੁੱਟ ਤੱਕ ਨਹੀਂ ਜਾਂਦੇ ਸੀ, ਉਹ 2.5 ਦਿਨ ਬਾਅਦ ਉਤਰਦਾ ਹੀ 8 ਫੁੱਟ ਤੋਂ ਸੀ। ਓਕੇ, ਸੋ ਇਹ ਉਸ ਮੇਰੇ ਬੱਚੇ ਦੀ ਪਾਵਰ ਹੈ। ਬਸ ਸਿਰਫ ਉਹਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ, ਇਸੇ ਲਈ ਸਮਝਣ ਦੀ ਲੋੜ। ਜੀ ਜੀ ਸਰ, ਇਸੇ ਲਈ ਸਪੈਸ਼ਲ ਚਾਈਲਡ ਕਿਹਾ ਜਾਂਦਾ ਹੈ। ਮੈਂ ਇਸੇ ਲਈ ਸਿਰਫ ਕਹਿ ਰਿਹਾ ਕਿ ਉਹ ਪ੍ਰੋਫੈਸ਼ਨਲਸ ਕੋਲ ਵੀ ਉਹ ਡਿਗਰੀ ਤੇ ਹੈ ਨੇ ਪੜ੍ਹਾਈ ਦੀਆਂ, ਪਰ ਉਹਨਾਂ ਕੋਲ ਐਕਸਪੀਰੀਅੰਸ ਨਹੀਂ ਹੈ ਜੋ ਮੇਰੇ ਕੋਲ ਹੈ। ਮੈਂ ਇਹ ਬਿਨਾਂ ਪ੍ਰੋਫੈਸ਼ਨਲਸ, ਬਿਨਾਂ ਪਰਸਨਲਸ ਤੋਂ ਕੁਛ ਵੀ ਪੋਸੀਬਲ ਨਹੀਂ ਹੈ। ਬਿਲਕੁਲ ਬਿਲਕੁਲ, ਮੈਂ ਕਹਾਂਗੀ ਨਹੀਂ ਜੀ, ਤੁਸੀਂ ਕੱਲਾ ਪਰਸਨਲ ਸਭ ਕੁਝ ਕਰ ਲੋਗੇ। ਸਾਡੇ ਕੋਲ ਇੱਕ ਤਜਰਬਾ ਹੈ। ਬਿਲਕੁਲ ਸਰ, ਮੈਂ ਸਾਡਾ ਆਪਣਾ ਐਕਸਪੀਰੀਅੰਸ ਹੈ ਜਿਹੜਾ ਕਿ ਅਸੀਂ ਪ੍ਰੋਫੈਸ਼ਨਲਸ ਦੇ ਨਾਲ ਡਿਸਕਸ ਕਰਦੇ ਹਾਂ। ਪਰਸਨਲ ਐਕਸਪੀਰੀਅੰਸ ਹੈ ਸਾਡਾ ਆਪਣਾ। ਜਦੋਂ ਪ੍ਰੋਫੈਸ਼ਨਲਸ ਦੇ ਨਾਲ ਡਿਸਕਸ ਕੀਤਾ ਜਾਂਦਾ ਹੈ, ਮਿਲ ਜੁਲ ਕੇ ਫਿਰ ਉਹਨਾਂ ਤੇ ਕੰਮ ਕੀਤਾ ਜਾਂਦਾ ਹੈ, ਤੇ ਉਹ ਰਸਤਾ ਬੜਾ ਈਜ਼ੀ ਬਣ ਜਾਂਦਾ ਹੈ। ਜੀ ਜੀ ਜੀ, ਬਿਲਕੁਲ ਸਰ। ਅਸੀਂ ਅਗਰ ਤੁਹਾਡੇ ਫਾਊਂਡੇਸ਼ਨ ਬਾਰੇ ਪੁੱਛਾਂਗੇ ਕਿ ਅੱਜ ਦੇ ਟਾਈਮ ਦੇ ਵਿੱਚ ਕਿੰਨੇ ਬੱਚੇ ਤੁਹਾਡੇ ਫਾਊਂਡੇਸ਼ਨ ਦੇ ਵਿੱਚ? ਸਾਡੇ ਕੋਲ 80+ ਬੱਚੇ ਹੈਗੇ ਜੀ। 80+ ਬੱਚੇ ਆ, ਤੇ ਉਹਨਾਂ ਨੂੰ ਮਤਲਬ ਕਿਵੇਂ, ਮਤਲਬ ਟੀਮ ਦੇ ਵਿੱਚ ਕੌਣ ਕੌਣ ਹੈ ਤੁਹਾਡੀ, ਤੇ ਟੇਕ ਕੇਅਰ ਉਹਨਾਂ ਦੀ ਕਿਵੇਂ ਕੀਤੀ ਜਾਂਦੀ, ਸਾਡੀ ਕੀ ਕੀ ਸਿਖਾਇਆ ਜਾਂਦਾ ਹੈ ਉਹਨਾਂ ਨੂੰ? ਪ੍ਰੋਬੇਬਲੀ ਇਹ ਪੰਜਾਬ ਦਾ ਸਭ ਤੋਂ ਵੱਡਾ ਫਾਊਂਡੇਸ਼ਨ ਹੈ ਜੀ, ਸਭ ਤੋਂ ਵੱਡਾ ਸੈਂਟਰ ਹੈ ਜੀ, ਜਿਹੜਾ ਕਿ 1 ਏਕੜ ਦੇ ਵਿੱਚ ਬਣਿਆ, 160 ਮਰਲੇ ਦੇ ਵਿੱਚ, ਜਿਹਦੇ ਚ ਕਿ ਇਨਡੋਰ ਆਊਟਡੋਰ ਸਾਰੀ ਫੈਸਿਲਿਟੀਜ਼ ਅਵੇਲੇਬਲ ਨੇ ਜੀ। ਔਰ ਫੈਸਿਲਿਟੀਜ਼ ਦੇ ਨਾਲ ਨਾਲ ਪ੍ਰੋਬੇਬਲੀ ਪੰਜਾਬ ਦੀ ਸਭ ਤੋਂ ਵੱਡੀ ਫੈਕਲਟੀ ਵੀ ਉੱਥੇ ਅਵੇਲੇਬਲ ਹੈ, ਜਿਹਦੇ ਚ ਕਿ ਅੰਡਰ ਦਾ ਵਨ ਰੂਫ ਸਾਰੇ ਐਜੂਕੇਟਰ, ਕਲੀਨਿਕਲ ਸਾਈਕੋਲੋਜਿਸਟ, ਆਕਿਊਪੇਸ਼ਨਲ ਥੈਰੇਪਿਸਟ, ਸਪੀਚ ਥੈਰੇਪਿਸਟ, ਸਪੈਸ਼ਲ ਐਜੂਕੇਟਰਸ, ਜਿਹੜੇ ਕਿ ਸਾਰੇ ਸਰਟੀਫਾਈਡ ਲੋਕ ਹੈਗੇ ਨੇ, ਉਹ ਕੰਮ ਕਰਦੇ ਨੇ। ਠੀਕ ਹੈ ਸਰ, ਤੇ ਇਹਦੇ ਵਿੱਚ ਕੀ ਕੀ ਐਕਟੀਵਿਟੀਜ਼ ਹੁੰਦੀਆਂ ਨੇ ਜੋ ਬੱਚੇ ਮਤਲਬ ਕਰਦੇ ਨੇ? ਇਹਦੇ ਚ ਨਾ ਸਭ ਤੋਂ ਪਹਿਲਾਂ ਬੱਚੇ ਦੀ ਇੱਕ ਅਸੈਸਮੈਂਟ ਕੀਤੀ ਜਾਂਦੀ ਹੈ, ਉਸ ਅਸੈਸਮੈਂਟ ਦੇ ਅਕੋਰਡਿੰਗਲੀ ਉਹਦਾ ਇੱਕ ਪਲਾਨ ਬਣਾਇਆ ਜਾਂਦਾ ਹੈ ਕਿ ਉਹਦੀ ਕੀ ਨੀਡਸ ਨੇ। ਸਾਡੀ ਟੀਮ ਰਲ ਕੇ ਉਹਦੀ ਇੱਕ ਅਸੈਸਮੈਂਟ ਕਰਦੀ ਹੈ, ਸਾਰੇ ਪ੍ਰੋਫੈਸ਼ਨਲਸ ਰਲ ਕੇ ਉਹਨੂੰ ਅਸੈਸਮੈਂਟ ਕਰਦੇ ਨੇ ਜੀ ਜੀ ਜੀ। ਉਹਦੇ ਚ ਤਕਰੀਬਨ 300-400 ਕੁਐਸਚਨੇਅਰ ਹੁੰਦਾ, ਜਿਹਦੇ ਚ ਕਿ ਉਸ ਨੂੰ 2-2.5-3 ਘੰਟੇ ਲੱਗਦੇ ਨੇ। ਜ਼ਿਆਦਾਤਰ ਅਸੀਂ ਕਹਿੰਦੇ ਹਾਂ ਕਿ ਜਿਹੜੇ ਵੀ ਉਸ ਬੱਚੇ ਦੇ ਨਾਲ ਫੈਮਿਲੀ ਮੈਂਬਰ ਸਾਰਾ ਦਿਨ ਸਪੈਂਡ ਕਰਦੇ ਨੇ, ਉਹ ਸਾਰੇ ਆਉਣ,
ਕਿਉਂਕਿ ਬੱਚਾ ਤੇ ਬੋਲ ਕੇ ਸਾਰੇ ਹੁਣ ਡੇਢ ਸਾਲ ਦਾ ਬੱਚਾ ਦੋ ਸਾਲ ਦਾ ਬੱਚਾ ਥੋੜੀ ਨਾ ਦੱਸ ਪਾਏਗਾ, ਉਹ ਸਾਰੇ ਕੁਐਸਚਨ ਜਿਹੜੇ ਨੇ ਉਹ ਪੇਰੈਂਟਸ ਦੇ ਨਾਲ ਡਿਸਕਸ ਕੀਤੇ ਜਾਂਦੇ ਨੇ, ਉਹਦੇ ਅਕੋਰਡਿੰਗਲੀ ਇੱਕ ਉਹਦੀ ਅਸੈਸਮੈਂਟ ਕੀਤੀ ਜਾਂਦੀ ਹੈ, ਉਹਦੇ ਅਕੋਰਡਿੰਗਲੀ ਉਹਦਾ ਇੱਕ ਸਕੋਰ ਨਿਕਲਦਾ, ਆਟਿਜ਼ਮ ਦਾ ਸਕੋਰ ਨਿਕਲਦਾ, ਉਸਦੇ ਉੱਤੇ ਉਹਦਾ ਇੱਕ ਲੈਵਲ ਡਿਸਾਈਡ ਹੁੰਦਾ ਕਿ ਇਹ ਬੱਚਾ ਬਾਰਡਰ ਲਾਈਨ ਹੈ, ਓਕੇ, ਮਾਈਲਡ ਹੈ, ਮੋਡਰੇਟ ਹੈ, ਸੀਵੀਅਰ ਹੈ, ਪ੍ਰੋਫਾਉਂਡ ਹੈ, ਉਹਦਾ ਕੀ ਸਾਰੇ ਬੱਚੇ ਡਿਫਰੈਂਟ ਨੇ, ਇੱਕ ਵੀ ਬੱਚਾ ਇੱਕ ਦੂਜੇ ਨਾਲ ਨਹੀਂ ਮਿਲਦਾ, ਨਹੀਂ ਮਿਲਦਾ, ਅਸੀਂ ਆਲਵੇਸ ਕਹਿੰਦੇ ਹਾਂ ਕਿ ਇਹਨੂੰ ਕੰਪੇਅਰ ਨਾ ਕਰੋ ਜੀ। ਮੈਂ ਤੁਹਾਨੂੰ ਦੱਸਾਂ ਇਹਦੇ ਚ ਤੇ ਇਦਾਂ ਦੇ, ਮਤਲਬ ਤੁਹਾਨੂੰ ਮੈਂ ਜਦੋਂ ਚੀਜ਼ਾਂ ਦੱਸੂਗਾ ਤੁਸੀਂ ਕਹੋਗੇ ਨਹੀਂ ਯਾਰ ਐਵੇਂ ਹੋ ਹੀ ਨਹੀਂ ਸਕਦਾ, ਰਿਐਲਿਟੀ ਹੈ। ਪਲੀਜ਼ ਸਰ, ਪਲੀਜ਼। ਕੁਝ ਬੱਚੇ ਐਵੇਂ ਦੇ ਨੇ ਜਿਨ੍ਹਾਂ ਨੂੰ ਕਿ ਪੱਖੇ ਦੀ ਆਵਾਜ਼ ਤੋਂ ਵੀ ਪ੍ਰੋਬਲਮ ਹੈ, ਇੱਕ ਕਾਗਜ਼ ਦੀ ਕੜਕੜ ਤੋਂ ਵੀ ਪ੍ਰੋਬਲਮ ਹੋ ਸਕਦੀ ਹੈ, ਕਿਸੇ ਪਰਟੀਕੁਲਰ ਸਮੈਲ ਤੋਂ ਪ੍ਰੋਬਲਮ ਹੋ ਸਕਦੀ ਹੈ, ਕਿਸੇ ਪਰਟੀਕੁਲਰ ਰੰਗ ਤੋਂ ਪ੍ਰੋਬਲਮ ਹੋ ਸਕਦੀ ਹੈ, ਕਿਸੇ ਪਰਟੀਕੁਲਰ ਫੇਸ ਤੋਂ, ਥਿੰਗਸ ਤੋਂ, ਬਹੁਤ ਸਾਰੀ ਚੀਜ਼ਾਂ ਤੋਂ ਪ੍ਰੋਬਲਮ ਹੋ ਸਕਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਆਟਿਜ਼ਮ ਬਹੁਤ ਤਰ੍ਹਾਂ ਦਾ ਜੀ, ਬਟ ਉਹਦੇ ਸਭ ਦੇ ਹੱਲ ਹੈਗੇ ਨੇ, ਬਿਲਕੁਲ ਸਭ ਦੇ ਹੱਲ ਹੈਗੇ ਨੇ ਜੀ। ਸੋ ਸਾਡੀ ਇਸ ਫਾਊਂਡੇਸ਼ਨ ਦੇ ਵਿੱਚ ਅੰਡਰ ਦਾ ਵਨ ਰੂਫ ਸਾਰੀ ਕੰਪਲੀਟ ਟੀਮ ਅਵੇਲੇਬਲ ਹੈ ਜਿਹੜੀ ਕਿ ਉਸ ਬੱਚੇ ਦੇ ਲਈ ਉਹਦੇ ਪਲਾਨ ਦੇ ਅਕੋਰਡਿੰਗਲੀ ਸਾਰਾ ਕੰਮ ਕਰਦੀ ਹੈ। ਸੋ ਉਸ ਦੇ ਨਾਲ ਨਾਲ ਸਰ ਪੇਰੈਂਟਸ ਤੇ ਵੀ ਕੰਮ ਕਰਦੀ ਹੈ। ਕਿੰਨੇ ਕਿੰਨੇ ਆਪਣੀ ਟੀਮ ਦੇ ਵਿੱਚ ਕਿੰਨੇ ਪਰਸਨਸ ਨੇ, ਮਤਲਬ ਕਿੰਨੀ? ਅਪਰੋਕਸੀਮੇਟਲੀ 40 ਪਰਸਨਸ ਦੀ ਟੀਮ ਹੈਗੀ ਹੈ ਸਰ। ਓਕੇ, ਵੈਰੀ ਨਾਈਸ, ਵੈਰੀ ਨਾਈਸ। ਸੋ ਇਹ ਪੰਜਾਬ ਦੀ ਸਭ ਤੋਂ ਵੱਡੀ ਟੀਮ ਹੈ ਸਰ। ਓਕੇ, ਔਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਸਾਡੇ ਇੱਥੇ ਬੱਚੇ ਦੇ ਨਾਲ ਜਿਹੜਾ ਕੰਮ ਹੁੰਦਾ ਹੈ ਹਰ ਸਵਾ ਮਹੀਨੇ ਡੇਢ ਮਹੀਨੇ ਦੇ ਬਾਅਦ ਇੱਕ ਪੀਐਮਟੀ ਕੀਤੀ ਜਾਂਦੀ ਹੈ ਜਿਹਨੂੰ ਪੇਰੈਂਟਸ ਮੈਨੇਜਮੈਂਟ ਟ੍ਰੇਨਿੰਗ ਕਹਿੰਦੇ ਨੇ। ਓਕੇ, ਅਸੀਂ ਉਸ ਪੀਐਮਟੀ ਦੇ ਵਿੱਚ ਪੇਰੈਂਟਸ ਦੇ ਨਾਲ ਬੈਠ ਕੇ ਡਿਸਕਸ ਕਰਦੇ ਹਾਂ ਅਸੀਂ ਕੀ ਕੰਮ ਕਰਦੇ ਹਾਂ, ਉਹਨਾਂ ਨੂੰ ਸਾਰਾ ਉਹ ਵਿਖਾਉਂਦੇ ਹਾਂ, ਉਹਦੇ ਨਾਲ ਬੱਚੇ ਨਾਲ ਕੀ ਕਰਨਾ ਉਹ ਵੀ ਦੱਸਦੇ ਹਾਂ, ਕਿੱਦਾਂ ਕਰਨਾ ਉਹਨਾਂ ਨੂੰ ਵੀ ਗੋਲ ਦਿੱਤੇ ਜਾਂਦੇ ਕਿ ਤੁਸੀਂ ਘਰ ਕਿਵੇਂ ਕੰਮ ਕਰਨਾ, ਕਿਉਂਕਿ ਇਕੱਲੇ ਸਾਡੇ ਨਾਲ ਪਾਸਿਵ ਪ੍ਰੋਫੈਸ਼ਨਲ ਕਰਦੇ ਰਹਿਣ ਤੇ ਤਾਂ ਕੁਛ ਹੋ ਜਾਏਗਾ, ਮੇਨ ਫੈਮਿਲੀ ਇਕੱਲੇ ਫੈਮਿਲੀ ਕਰਦੀ ਰਹੇ ਤਾਂ ਕੁਛ ਹੋ ਜਾਏਗਾ, ਨਹੀਂ, ਇੱਕ ਕੰਬਾਈਂਡ ਐਫਰਟ ਹੈ ਜੀ, ਇੱਕ ਟੀਮ ਬਣ ਕੇ ਕੰਮ ਹੁੰਦਾ ਹੈ, ਫਿਰ ਤੁਸੀਂ ਬੱਚੇ ਦੇ ਉੱਤੇ ਬਹੁਤ ਜ਼ਬਰਦਸਤ ਰਿਜ਼ਲਟ ਆਉਂਦੇ ਨੇ। ਇੱਕ ਤਰੀਕੇ ਨਾਲ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਅਗਰ ਮਤਲਬ ਕਿ ਫੈਮਿਲੀ ਦਾ ਤਾਂ ਇੱਕ ਚਲੋ ਪਿਆਰ ਹੋ ਜਾਂਦਾ ਬੱਚੇ ਦੇ ਨਾਲ, ਠੀਕ ਹੈ, ਅਗਰ ਉਹਨਾਂ ਨੂੰ ਤੁਹਾਡੇ ਵੱਲੋਂ ਗਾਈਡੈਂਸ ਮਿਲ ਜਾਵੇ ਤਾਂ ਉਸ ਨਾਲ ਬੱਚੇ ਨੂੰ ਬਹੁਤ ਜਲਦੀ ਰਿਕਵਰੀ ਹੋ। ਦੇਖੋ ਜੀ, ਮੈਂ ਕਿਸੇ ਨੂੰ ਪੇਰੈਂਟਿੰਗ ਤੇ ਨਹੀਂ ਸਿਖਾ ਸਕਦਾ, ਹੁਣ ਤੁਸੀਂ ਇੱਕ ਚੀਜ਼ ਸਮਝਣਾ, ਬਿਲਕੁਲ, ਕਿ ਮੈਂ ਕਹਾਂ ਇੱਕ ਮਾਂ ਤੋਂ ਵੱਧ ਮੈਂ ਉਹਦੇ ਬੱਚੇ ਲਈ ਸੋਚ ਸਕਦਾ, ਏਦਾਂ ਹੋ ਸਕਦਾ? ਬਿਲਕੁਲ ਨਹੀਂ ਹੋ ਸਕਦਾ। ਬਸ ਉਸ ਮਾਂ ਨੂੰ ਗਾਈਡੈਂਸ ਨਹੀਂ ਹੈ ਕਿ ਕਰਨਾ ਕਿਵੇਂ, ਅਸੀਂ ਉਹੀ ਗਾਈਡੈਂਸ ਉਹਨਾਂ ਨੂੰ ਜਲਦੀ ਤੋਂ ਜਲਦੀ ਪ੍ਰੋਵਾਈਡ ਕਰਵਾਉਂਦੇ ਹਾਂ ਤਾਂ ਕਿ ਉਹਦਾ ਟਾਈਮ ਨਾ ਨਿਕਲੇ। ਇਹਨੂੰ ਕਹਿ ਸਕਦੇ ਕਿ ਸਪੈਸ਼ਲ ਗਾਈਡੈਂਸ, ਸਪੈਸ਼ਲ ਗਾਈਡੈਂਸ, ਯੈਸ। ਮੈਂ ਆਪਣੀ ਆਡੀਅੰਸ ਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਡਿਸਕ੍ਰਿਪਸ਼ਨ ਵਿੱਚ ਸਰ ਦਾ ਜੋ ਵੀ ਕੰਟੈਕਟ ਹੋਣਗੇ ਮੈਂ ਇੱਕ ਵਾਰ ਜ਼ਰੂਰ ਸ਼ੇਅਰ ਕਰੂੰਗਾ। ਤੁਸੀਂ ਵੀ ਅਗਰ ਕਿਸੇ ਮਤਲਬ ਕਿ ਆਪਣੇ ਬੱਚੇ ਨੂੰ ਇਸ ਸਿੰਪਟਮਸ ਨਾਲ ਰਿਲੇਟ ਕਰਦੇ ਹੋ ਤਾਂ ਪਲੀਜ਼ ਇਹਨਾਂ ਨਾਲ ਕੰਟੈਕਟ ਕਰੋ, ਇਹ ਜਲੰਧਰ ਵਿੱਚ ਨੇ। ਐਂਡ ਅੱਗੇ ਆਪਾਂ ਸਵਾਲ ਕੰਟੀਨਿਊ ਕਰਦੇ ਹਾਂ ਕਿ ਜਿੱਦਾਂ ਕਿ ਆਪਣਾ ਮੀਡੀਆ ਹੈ, ਆਪਣੀ ਬਾਲੀਵੁੱਡ ਦੀ ਫਿਲਮਸ ਬਣੀਆਂ ਹੋਈਆਂ ਨੇ, ਕੋਈ ਮਿਲ ਗਿਆ ਟਾਈਪ, ਹਨਾ, ਇਹਨਾਂ ਚੀਜ਼ਾਂ ਦੇ ਨਾਲ ਵੀ ਹੋਪਸ ਤੁਹਾਨੂੰ ਲੱਗਦਾ ਕਿ ਹਾਂ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਆਉਂਦੀ ਹੋਵੇਗੀ? ਬਿਲਕੁਲ ਆਉਂਦੀ ਹੈ ਸਰ। ਮੈਂ ਤੇ ਪਹਿਲਾਂ ਉਹਨਾਂ ਡਾਇਰੈਕਟਰਸ ਔਰ ਪ੍ਰੋਡਿਊਸਰ ਦਾ ਥੈਂਕ ਯੂ ਕਰਾਂਗਾ ਜੀ ਜਿਹੜੇ ਕਿ ਹਰ ਸਟੋਰੀ ਦੇ ਨਾਲ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆ ਜੀ। ਸੋ ਬਹੁਤ ਸਾਰੀ ਪਿਕਚਰਾਂ ਜਿਵੇਂ ਤਾਰੇ ਜ਼ਮੀਨ ਪੇ ਸੀ ਜੀ, ਸੋ ਉਹ ਉਸ ਤੋਂ ਬਾਅਦ ਇੱਕ ਮੂਵੀ ਬਰਫੀ ਆਈ ਸੀ ਜਿਹਦੇ ਵਿੱਚ ਕਿ ਪ੍ਰਿਯੰਕਾ ਚੋਪੜਾ ਨੇ ਇੱਕ ਆਟਿਸਟਿਕ ਚਾਈਲਡ ਦਾ ਰੋਲ ਅਦਾ ਕੀਤਾ। ਤੁਸੀਂ ਦੇਖਦੇ ਹੋ ਕਿ ਉਸ ਮੂਵੀ ਦੇ ਵਿੱਚ ਈਵਨ ਉਹ ਪੂਰੀ ਫੈਮਿਲੀ, ਪੂਰੀ ਉਹਦੀ ਲਾਈਫ ਦੀ ਸਟੋਰੀ ਨੂੰ ਦਿਖਾਇਆ ਗਿਆ ਹੈ ਜੀ। ਉਹ ਤੇ ਮਤਲਬ ਮੈਂ ਤੁਹਾਨੂੰ ਇਹ ਕਹੂੰਗਾ ਕਿ ਉਸ ਮੂਵੀ ਨਾਲੋਂ ਵੀ ਅੱਜ ਦੀ ਡੇਟ ਚ ਬੱਚੇ ਬਹੁਤ 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 ਜ਼ਿਆਦਾ ਮੈਨੇਜੇਬਲ ਹੋ ਜਾਂਦੇ ਨੇ। ਮੈਂ ਤੁਹਾਨੂੰ ਅੱਜ ਅਗਰ ਕਦੀ ਤੁਸੀਂ ਮੇਰੇ ਕੋਲ ਉਸ ਸੈਂਟਰ ਚ ਵਿਜ਼ਿਟ ਕਰੋ ਤਾਂ ਮੈਂ ਤੁਹਾਨੂੰ ਪੇਰੈਂਟਸ ਨਾਲ ਮਿਲਾਉਣਾ ਜਾਂ ਉਹਨਾਂ ਬੱਚਿਆਂ ਨੂੰ ਦਿਖਾਉਣਾ
ਤੁਸੀਂ ਉਹਨਾਂ ਨਾਲ ਟਾਈਮ ਸਪੈਂਡ ਕਰ ਲਓ 2-4-5 ਘੰਟੇ 10 ਘੰਟੇ, ਤੁਸੀਂ ਕਹਿ ਹੀ ਨਹੀਂ ਸਕਦੇ ਇਹਦੇ ਚ ਕੋਈ ਪ੍ਰੋਬਲਮ ਹੈ। ਬੱਚੇ ਇਸ ਲੈਵਲ ਤੱਕ ਇਕੁਅਲ ਟੂ ਨੋਰਮਲ ਆ ਕੇ ਖੜੇ ਹੋ ਚੁੱਕੇ ਨੇ। ਓਕੇ ਸਰ, ਤੁਸੀਂ ਕਹਿ ਰਹੇ ਸੀਗੇ ਕਿ ਜੋ ਨੋਰਮਲ ਆਪਾਂ ਮਤਲਬ ਕਿ ਇਨਸਾਨ ਆ ਲਾਈਕ ਮੈਂ ਆ, ਠੀਕ ਹੈ, ਸਾਡੇ ਵਿੱਚ ਵੀ ਕੋਈ ਨਾ ਕੋਈ ਇਸ ਤਰੀਕੇ ਦਾ ਸਿੰਪਟਮਸ ਹੁੰਦਾ ਹੀ ਹੈ। ਅਸੀਂ ਇਹਨਾਂ ਨੂੰ ਜਨਰਲੀ ਇੱਕ ਚੀਜ਼ ਕਹਿੰਦੇ ਆ ਕਿ ਜਿਹੜੇ ਆਟਿਜ਼ਮ ਦੇ ਫੀਚਰਸ ਹੁੰਦੇ ਨੇ ਜੀ, ਇੰਡੀਕੇਸ਼ਨ ਹੁੰਦੇ ਨੇ, ਇੱਕ ਨੋਰਮਲ ਬੰਦੇ ਚ ਹੀ ਹੁੰਦੇ ਨੇ, ਉਹ ਕਿਉਂ ਹੁੰਦੇ ਨੇ ਜੀ, ਜਿੰਨਾ ਤੁਸੀਂ ਕਈ ਵਾਰੀ ਦੇਖਦੇ ਹੋ ਕਿ ਅਸੀਂ ਸੋਚਦੇ ਬੈਠਦੇ ਬੈਠਦੇ ਗੱਲ ਕਰਦੇ ਆ ਐਵੇਂ ਪੈਰ ਨੂੰ ਹਿਲਾਈ ਜਾਣਾ, ਇਹ ਵੀ ਕਰੋਕਿੰਗ ਬਿਹੇਵੀਅਰ ਹੈ। ਸੋ ਮੇਰੇ ਬੱਚੇ ਚ ਵੀ ਕਰੋਕਿੰਗ ਬਿਹੇਵੀਅਰ ਹੈ, ਮੇਰਾ ਬੱਚਾ ਹੋ ਸਕਦਾ ਹੈ ਕਿ ਉਹ ਵੀ ਐ ਹਿਲਾ ਰਿਹਾ ਜਾਂ ਕੋਈ ਅਲੱਗ ਤਰੀਕੇ ਦੀ ਸਾਊਂਡ ਨੂੰ ਕਰ ਰਿਹਾ ਕੰਟੀਨਿਊਲੀ, ਜਿਹਨੂੰ ਅਸੀਂ ਸਟੀਰੀਓਟਾਈਪ ਬਿਹੇਵੀਅਰ ਕਹਿੰਦੇ ਆ ਕਿ ਇੱਕ ਆਵਾਜ਼ ਨੂੰ ਸੁਣਨਾ ਜਾਂ ਇੱਕ ਸ਼ਬਦ ਨੂੰ ਸੁਣਨਾ ਤੇ ਉਹਨੂੰ ਰਿਪੀਟ ਕਰੀ ਜਾਣਾ। ਸੋ ਉਹ ਵੀ, ਸੋ ਉਹ ਮੈਂ ਉਹ ਇਹ ਨਹੀਂ ਕਹਿ ਰਿਹਾ ਕਿ ਨਹੀਂ ਤੁਹਾਡੇ ਅੰਦਰ ਆਟਿਜ਼ਮ ਹੈਗਾ, ਨਹੀਂ, ਉਹ ਕੁਝ ਚੀਜ਼ਾਂ ਜਦੋਂ ਸਾਨੂੰ ਐਂਜਾਇਟੀ ਆਉਂਦੀਆਂ ਨੇ ਜਾਂ ਸਾਡੇ ਲਈ ਕੋਈ ਚੀਜ਼ਾਂ ਹੁੰਦੀਆਂ ਨੇ, ਕਈਆਂ ਨੂੰ ਆਦਤ ਹੁੰਦੀ ਹੈ ਬੈਠੇ ਬੈਠੇ ਨੇਲ ਬਾਈਟਿੰਗ ਕਰਦੇ ਰਹਿਣਾ, ਰਾਈਟ, ਸੋ ਵੀ ਇੱਕ ਫੀਚਰ ਇਸੇ ਤਰੀਕੇ ਦਾ ਹੀ ਹੈ। ਲਾਈਕ ਮਤਲਬ ਤੁਸੀਂ ਜਿੱਦਾਂ ਪਹਿਲਾਂ ਕਿਹਾ ਕਿ ਇੱਕ ਰੋਜ਼ ਬੰਦਾ ਕਰਦਾ ਹੈ ਤੇ ਇੱਕ ਮਤਲਬ ਕਦੀ ਕਦੀ ਕਰਦਾ, ਉਹਦੇ ਵਿੱਚ ਫਰਕ ਹੈ ਜੀ, ਇਹਦੇ ਵਿੱਚ ਫਰਕ ਹੈ, ਬਸ ਸਾਡੇ ਚ ਉਹਨਾਂ ਚ ਹੀ ਫਰਕ ਹੈ। ਸਾਨੂੰ ਇਹ ਪਤਾ ਹੈ ਕਿ ਮੈਂ ਕਿਹੜੀ ਚੀਜ਼ ਕਦੋਂ ਕਰਨੀ ਹੈ ਔਰ ਕਿੰਨੀ ਕਰਨੀ ਹੈ ਜੀ, ਉਹਨਾਂ ਨੂੰ ਬਸ ਇਹ ਨਹੀਂ ਪਤਾ ਕਿ ਮੈਂ ਕਿਹੜੀ ਚੀਜ਼ ਕਿੰਨੀ ਔਰ ਕਦੋਂ ਕਿੱਥੇ ਕਰ ਦੇਣੀ ਹੈ, ਬਸ ਇੰਨਾ ਕੀ ਫਰਕ ਹੈ ਜੀ। ਮੈਂ ਇਹਨੂੰ ਅਗਰ ਸਮਝਾਵਾਂ ਤੇ ਮੈਂ ਇਹ ਕਹਿੰਦਾ ਕਿ ਮੇਰਾ ਬੱਚਾ ਜਸਟ ਥੋੜਾ ਜਿਹਾ ਤੁਹਾਡੇ ਤੋਂ ਡਿਫਰੈਂਟ ਹੈ ਜੀ, ਕੁਛ ਅਲੱਗ ਨਹੀਂ ਹੈ, ਮਤਲਬ ਥੋੜਾ ਜਿਹਾ ਬਸ ਇੱਕ ਨਾਰਮਲ ਬੱਚੇ ਤੋਂ ਡਿਫਰੈਂਟ ਹੈ। ਰਾਈਟ ਰਾਈਟ, ਓਕੇ ਸਰ, ਹੁਣ ਦਾ ਜੋ ਆਪਣਾ ਪੋਡਕਾਸਟ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ, ਹੁਣ ਤੱਕ ਬਹੁਤ ਨੌਲੇਜ ਮਿਲੀ ਹੈ ਸਾਨੂੰ ਵੀ ਔਰ ਸਾਡੀ ਆਡੀਅੰਸ ਨੂੰ ਵੀ ਜੀ। ਮੈਂ ਚਾਹੂੰਗਾ ਕਿ ਸਾਡੇ ਪੋਡਕਾਸਟ ਦੇ ਥਰੂ ਹੋਪ ਸੋ ਤੁਸੀਂ ਜੋ ਮਤਲਬ ਮੈਂ ਜਿੱਥੇ ਤੱਕ ਸਰਚ ਕੀਤੀ ਹੈ ਆਟਿਜ਼ਮ ਤੇ ਕੋਈ ਪੋਡਕਾਸਟ ਨਹੀਂ ਬਣਿਆ ਹੋਇਆ ਹਲੇ ਤੱਕ, ਹੋਪ ਸੋ ਇੰਟਰਵਿਊ ਵੀ ਨਹੀਂ ਕੋਈ ਹੋਵੇਗੀ। ਵੈਸੇ ਡਾਕਟਰਸ ਨੇ ਆਪਣੀ ਰਾਏ ਸ਼ੇਅਰ ਕੀਤੀ ਹੋਈ ਹੈ, ਸੋ ਸਾਡਾ ਮਤਲਬ ਜੋ ਪੋਡਕਾਸਟ ਹੈ ਪੰਜਾਬੀ ਲੈਂਗੁਏਜ ਦੇ ਵਿੱਚ ਉਹ ਸਾਡੀ ਆਡੀਅੰਸ ਤੱਕ ਪਹੁੰਚੇਗਾ, ਤੇ ਅਸੀਂ ਵੀ ਇਹੀ ਚਾਹਾਂਗੇ ਕਿ ਜੋ ਅਵੇਅਰਨੈਸ ਆਟਿਜ਼ਮ ਬਾਰੇ ਹੈ ਉਹ ਸਾਡੇ ਮਤਲਬ ਜੋ ਆਡੀਅੰਸ ਹੈ ਉਹਨਾਂ ਤੱਕ ਪਹੁੰਚ ਸਕੇ। ਦੇਖੋ ਮੈਂ ਤੁਹਾਨੂੰ ਬਲਕਿ ਇਹਦੇ ਤੇ ਨਾ ਇੱਕ ਥੈਂਕ ਯੂ ਵੀ ਬੋਲਾਂਗਾ ਤੇ ਇੱਕ ਰਿਕੁਐਸਟ ਵੀ ਕਰਾਂਗਾ। ਅੱਜ ਦੀ ਡੇਟ ਚ ਇੱਕ ਮੀਡੀਆ ਹੀ ਇਹੋ ਜਿਹਾ ਪਲੇਟਫਾਰਮ ਹੈ, ਸੋਸ਼ਲ ਮੀਡੀਆ ਦੇ ਪਲੇਟਫਾਰਮ ਜਿਹੜੇ ਨੇ ਕਿ ਕਿਸੇ ਵੀ ਚੀਜ਼ ਦੇ ਉੱਤੇ ਉਹ ਰੈਵੋਲੂਸ਼ਨ ਲਿਆ ਦਿੰਦੇ ਨੇ। ਰਾਈਟ ਸਰ, ਸੋ ਮੇਰੀ ਤੁਹਾਡੇ ਅੱਗੇ ਇਹੀ ਦਰਖਾਸਤ ਹੈ ਜਾਂ ਤੁਹਾਡੀ ਆਡੀਅੰਸ ਦੇ ਅੱਗੇ ਵੀ ਇਹੀ ਦਰਖਾਸਤ ਹੈ ਕਿ ਮਤਲਬ ਇੱਕ ਬਹੁਤ ਹੀ ਮਤਲਬ ਸੀਰੀਅਸ ਮੁੱਦਾ ਹੈ। ਬਿਲਕੁਲ ਸਰ, ਮੈਂ ਅਗਰ ਇਹਨੂੰ ਇੱਕ ਤੁਹਾਨੂੰ ਇਹਦੇ ਬਾਰੇ ਦੱਸਾਂ ਕਿ ਜਦੋਂ ਮੈਂ ਇਹਨੂੰ ਪੜ੍ਹਨਾ ਸ਼ੁਰੂ ਕੀਤਾ ਸੀ ਜਾਂ ਦੇਖਣਾ ਸ਼ੁਰੂ ਕੀਤਾ ਸੀ, ਇਹਦੀ ਫਿਗਰ ਬਹੁਤ ਜ਼ਿਆਦਾ ਸੀ। ਅੱਜ ਦੀ ਡੇਟ 'ਚ ਇਹਦੀ 36 ਬੱਚਿਆਂ ਮਗਰ ਇੱਕ ਬੱਚਾ ਜਿਹੜਾ ਨਾ ਉਸ ASD ਦਾ ਹੋ ਰਿਹਾ। ਓਕੇ, ਜਿਹੜੀ ਫਿਗਰ ਅੱਜ ਦੀ ਡੇਟ 'ਚ ਸਰਵੇਜ਼ ਨੇ, ਇਹ ਫੋਰਨਰ ਕੁਝ ਸਰਵੇਜ਼ ਹੈਗੇ ਨੇ ਜੀ ਜੀ, ਸੋ ਉਹਨਾਂ ਦੀ ਕੁਝ ਆਫੀਸ਼ੀਅਲ ਵੈਬਸਾਈਟ ਤੇ ਪਬਲਿਸ਼ ਵੀ ਹੈਗੇ ਨੇ ਜਿਨ੍ਹਾਂ ਦੇ ਮੈਂ ਲਿੰਕ ਤੁਹਾਡੇ ਨਾਲ ਸ਼ੇਅਰ ਵੀ ਕਰ ਦਾਂਗਾ। ਪਲੀਜ਼ ਸਰ, ਜ਼ਰੂਰ। ਇਹ ਐਡੀ ਜ਼ਿਆਦਾ ਜ਼ਰੂਰੀ ਹੋ ਗਈ ਹੈ ਸੋਸਾਇਟੀ ਲਈ ਅਵੇਅਰਨੈਸ, ਜੇ ਅਗਰ ਇਹ ਨਹੀਂ ਅਵੇਅਰਡ ਹੋਇਆ ਤੇ ਜਿੰਨੀ ਜਲਦੀ ਅਸੀਂ ਨਹੀਂ ਫੜ ਪਾਏ ਤੇ ਸੋਸਾਇਟੀ ਲਈ ਬਹੁਤ ਵੱਡੀ ਪ੍ਰੋਬਲਮ ਖੜੀ ਹੋ ਜਾਏਗੀ, ਸਾਡੇ ਤੁਹਾਡੇ ਲਈ ਬਹੁਤ ਵੱਡੀ ਪ੍ਰੋਬਲਮ ਖੜੀ ਹੋ ਜਾਏਗੀ। ਸੋ ਇਹ ਸਾਡੇ ਲਈ ਇੱਕ ਮੋਰਲ ਡਿਊਟੀ ਵੀ ਹੈ। ਮੈਂ ਤੁਹਾਡੀ ਆਡੀਅੰਸ ਨੂੰ ਕਹਾਂਗਾ ਕਿ ਕਿਤੇ ਉਹਨਾਂ ਨੂੰ ਆਪਣੇ ਆਲੇ ਦੁਆਲੇ ਇਹੋ ਜਿਹਾ ਕੁਛ ਵੀ ਕੋਈ ਬੱਚਾ ਦਿਖਦਾ ਜਾਂ ਕਰਦਾ ਹੈ ਉਹਨਾਂ ਨੂੰ ਜ਼ਰੂਰ ਅਵੇਅਰ ਕਰੋ। ਅਸੀਂ ਇੰਨੀਆਂ ਚੀਜ਼ਾਂ ਨੂੰ ਸ਼ੇਅਰ ਕਰਦੇ ਹਾਂ, ਇੱਕ ਇਨਫੋਰਮੇਟਿਵ ਵੀਡੀਓ ਜਾਂ ਇਹਨੂੰ ਚੀਜ਼ ਨੂੰ ਵੀ ਤੁਸੀਂ ਮੈਕਸੀਮਮ ਸ਼ੇਅਰ ਕਰੋ। ਬਲਕਿ ਮੈਂ ਹੋਰ ਚੈਨਲਸ ਨੂੰ ਜਾਂ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਜਾਂ ਪੋਡਕਾਸਟ ਕਰਨ ਵਾਲੇ ਲੋਕਾਂ ਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਲੋਕ ਇੱਕੋ ਪਾਵਰ ਹੋ
ਜਿਹੜੇ ਕਿ ਇਸ ਸੋਸਾਇਟੀ ਨੂੰ ਬਦਲ ਸਕਦੇ ਹੋ। ਬਿਲਕੁਲ। ਸੋ ਮੇਰੀ ਰਿਕੁਐਸਟ ਹੈ ਕਿ ਬਲਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਅਵੇਅਰ ਕਰਨ ਵਿੱਚ ਲੋਕਾਂ ਦੀ ਹੈਲਪ ਕਰੋ, ਸਾਡੇ ਨਾਲ ਕੰਟੈਕਟ ਕਰੋ, ਅਸੀਂ ਇਹਦੀ ਅਵੇਅਰਨੈਸ ਲਈ ਹਰ ਪੋਸੀਬਲ ਤੋਂ ਪੋਸੀਬਲ ਕੋਸ਼ਿਸ਼ ਕਰਨ ਲਈ ਰੈਡੀ ਹਾਂ। ਰਾਈਟ ਸਰ। ਸੋ ਮੈਂ ਬਹੁਤ ਸਾਰੇ ਤਰ੍ਹਾਂ ਦੇ ਫਲਾਇਰ ਜਿਹੜੇ ਨੇ ਹੁਣ ਤੱਕ ਬਣਾ ਕੇ ਰੋਡ ਸਾਈਡ ਦੇ ਉੱਤੇ ਰੈਡ ਲਾਈਟ ਦੇ ਉੱਤੇ ਵੰਡਵਾਉਂਦਾ ਰਹਿਣਾ, ਜਿਹਦੇ ਚ ਕਿ ਆਟਿਜ਼ਮ ਕਿਆ ਹੈ ਬਾਰੇ ਦੱਸਿਆ ਜਾਂਦਾ, ਤਾਂ ਕਿ ਕਿਸੇ ਨੂੰ ਵੀ ਇਹਦੇ ਬਾਰੇ ਪਤਾ ਲੱਗੇ, ਕਿਸੇ ਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਕਰ ਪਾਵੇ। ਰਾਈਟ। ਸੋ ਮੇਰੀ ਅਗੇਨ ਤੁਹਾਡੇ ਅੱਗੇ ਇਹ ਰਿਕੁਐਸਟ ਹੈ ਕਿ ਤੁਸੀਂ ਕੋਸ਼ਿਸ਼ ਕਰੋ ਕਿ ਹਰ ਬੰਦੇ ਤੱਕ ਇਸ ਚੀਜ਼ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੋ। ਬਿਲਕੁਲ ਸਰ। ਮੈਂ ਆਪਣੀ ਆਡੀਅੰਸ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਅਗਰ ਤੁਸੀਂ ਵੀ ਕਿਸੇ ਆਪਣੇ ਆਂਢ ਗੁਆਂਢ ਦੇ ਵਿੱਚ ਜਾਂ ਫਿਰ ਕਿਸੇ ਆਪਣੇ ਫਰੈਂਡ ਸਰਕਲ ਦੇ ਵਿੱਚ ਦੇਖਦੇ ਹੋ ਕਿ ਕੋਈ ਬੇਬੀ ਨੂੰ ਆਟਿਜ਼ਮ ਹੈ, ਠੀਕ ਹੈ, ਪਲੀਜ਼ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ, ਤਾਂ ਕਿ ਸਰ ਦਾ ਮਤਲਬ ਕਿ ਜੋ ਇੰਨੀ ਡੂੰਘਾਈ ਦੇ ਵਿੱਚ ਜਾ ਚੁੱਕੇ ਨੇ ਹੁਣ ਤੱਕ ਉਹ ਗੱਲਾਂ ਦੇ ਬਾਰੇ ਹਰ ਮਤਲਬ ਸਾਡੇ ਪੰਜਾਬ ਵੀ ਸਾਡੇ ਪੂਰੇ ਭਾਰਤ ਦੇ ਵਿੱਚ ਪਤਾ ਲੱਗ ਸਕੇ। ਸੋ ਮੇਰੀ ਤਾਂ ਇਹੀ ਰਿਕੁਐਸਟ ਹੋਵੇ ਕਿ ਸਾਡੇ ਪੋਡਕਾਸਟ ਨੂੰ ਸ਼ੇਅਰ ਕਰ ਦਿਓ। ਮੈਂ ਤੁਹਾਡੇ ਇਸ ਪੋਡਕਾਸਟ ਦੇ ਥਰੂ ਇੱਕ ਬਹੁਤ ਵੱਡਾ ਬਹੁਤ ਅੱਛਾ ਮੈਸੇਜ ਦੇਣਾ ਚਾਹੁੰਦਾ ਜੀ। ਅੱਛਾ ਮਤਲਬ ਇਸ ਕਰਕੇ ਕਹਿ ਰਿਹਾ ਕਿ ਮੈਂ ਹਮੇਸ਼ਾ ਪੇਰੈਂਟਸ ਨੂੰ ਕਹਿੰਦਾ ਜੀ, ਤੁਹਾਡੇ ਕੋਲ ਪੈਸੇ ਹੈ ਤਾਂ ਵੀ, ਨਹੀਂ ਹੈ ਤਾਂ ਵੀ, ਤੁਸੀਂ ਇੱਕ ਵਾਰੀ ਆ ਕੇ ਮਿਲੋ ਜ਼ਰੂਰ। ਬਿਲਕੁਲ ਜ਼ਰੂਰ। ਕਿਉਂਕਿ ਮੈਂ ਇਸ ਸੈਂਟਰ ਦੇ ਵਿੱਚ ਸਰ ਅਸੀਂ ਕੁਛ ਸਟੈਂਡ ਵਿਦ ਆਟਿਜ਼ਮ ਕਰਕੇ ਇੱਕ ਕੈਂਪੇਨ ਵੀ ਚਲਾ ਰਹੇ ਹਾਂ, ਜਿਹਦੇ ਚ ਕਿ ਅਸੀਂ ਮੈਕਸੀਮਮ ਕੋਸ਼ਿਸ਼ ਕਰਦੇ ਹਾਂ ਉਸ ਬੱਚੇ ਦੀ ਜਾਂ ਉਸ ਪੇਰੈਂਟਸ ਦੀ ਕਿਵੇਂ ਸਪੋਰਟ ਹੋ ਪਾਵੇ। ਉਹਦੇ ਲਈ ਅਸੀਂ ਉਸ ਸੈਂਟਰ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਕ੍ਰਾਈਟੇਰੀਆ ਬਣਾ ਰੱਖੇ ਨੇ ਜਿਹਦੇ ਚ ਕਿ ਉਸ ਬੱਚੇ ਦੀ ਫੀਸ ਨੂੰ ਲੈਸ ਵੀ, ਕਿਉਂਕਿ ਹਰ ਬੰਦਾ ਸਾਰੀਆਂ ਚੀਜ਼ਾਂ ਅਫੋਰਡ ਨਹੀਂ ਕਰ ਸਕਦਾ। ਬਿਲਕੁਲ। ਬਟ ਅਸੀਂ ਉੱਥੇ 70% ਤੱਕ ਲੈਸ ਦੇ ਕ੍ਰਾਈਟੇਰੀਆ ਬਣਾ ਰੱਖੇ ਨੇ ਜਿਹਦੇ ਵਿੱਚ ਬੱਚੇ ਦੀ 70% ਤੱਕ ਫੀਸ ਆਫ ਹੋ ਜਾਂਦੀ ਹੈ, ਬਟ ਉਹ ਉਹਦੇ ਲਈ ਹੈ ਜਿਹੜਾ ਉਸ ਕ੍ਰਾਈਟੇਰੀਆ ਚ ਫਾਲ ਕਰਦਾ ਹੈ। ਰਾਈਟ। ਸੋ ਇਸ ਲਈ ਕਹਿਣਾ ਕਿ ਕਦੀ ਨੀ ਝਿਜਕਣਾ ਕਿ ਮੇਰੇ ਕੋਲ ਪੈਸੇ ਹੈ, ਮੇਰੇ ਕੋਲ ਨਹੀਂ ਹੈ, ਮੇਰੇ ਕੋਲ ਇਹ ਨਹੀਂ, ਮੇਰੇ ਕੋਲ ਸਹੀ ਨਹੀਂ ਹੈ, ਉਹ ਇੱਕ ਵਾਰੀ ਜ਼ਰੂਰ ਆਣ, ਅਸੀਂ ਆਪਣਾ ਬੈਸਟ ਟੂ ਬੈਸਟ ਦੇ ਕੇ ਬੈਸਟ ਪੋਸੀਬਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਸ ਬੱਚੇ ਲਈ ਕੀ ਕਰ ਰਹੇ ਹਾਂ। ਤੁਸੀਂ ਜਿਵੇਂ ਕਿ ਦੱਸਿਆ ਕਿ ਅਗਰ ਨਹੀਂ ਵੀ ਕੋਈ ਅਫੋਰਡ ਕਰ ਪਾ ਰਿਹਾ, ਤੁਸੀਂ ਉਹਨਾਂ ਦੀ ਵੀ ਹੈਲਪ ਕਰਦੇ ਹੋ, ਮੇਨ ਰੀਜ਼ਨ ਇਹੀ ਹੈ ਕਿ ਲੋਕਾਂ ਤੱਕ ਅਵੇਅਰਨੈਸ ਫੈਲ ਸਕੇ ਤੇ ਉਹਨਾਂ ਦੇ ਬੱਚੇ ਠੀਕ ਹੋ ਸਕਣ। ਜੀ ਜੀ ਬਿਲਕੁਲ ਸਹੀ ਹੈ ਸਰ। ਇਹ ਪੁਆਇੰਟ ਸੁਣ ਕੇ ਹੋਪ ਸੋ ਲੋਕਾਂ ਨੂੰ ਇੱਕ ਉਮੀਦ ਜਾਗੀ ਹੋਵੇਗੀ ਕਿ ਅਗਰ ਮਤਲਬ ਕਿ ਅਸੀਂ ਨਹੀਂ ਇੰਨਾ ਮਤਲਬ ਕਰ ਸਕਦੇ ਤਾਂ ਫਿਰ ਵੀ ਇੱਕ ਵਾਰ ਤੁਹਾਡੇ ਨਾਲ ਕੰਟੈਕਟ ਕਰੂੰਗਾ ਜੀ। ਮੋਸਟ ਵੈਲਕਮ ਹੈ। ਮੈਂ ਹੱਥ ਜੋੜ ਕੇ ਕਹਿੰਦਾ ਕਿ ਜਿਹਦੇ ਕੋਲ ਪੈਸਾ ਹੈ, ਨਹੀਂ ਹੈ, ਕੋਈ ਵੀ ਚੀਜ਼ ਨਹੀਂ ਹੈ, ਤੁਸੀਂ ਇੱਕ ਵਾਰੀ ਉੱਥੇ ਜ਼ਰੂਰ ਆਓ ਔਰ ਅਸੀਂ ਬੈਸਟ ਟੂ ਬੈਸਟ ਪੋਸੀਬਲ ਕਰਾਂਗੇ ਕਿ ਉਸ ਬੱਚੇ ਦੀ ਕਿਵੇਂ ਹੈਲਪ ਹੋ ਸਕਦੀ ਹੈ। ਡੈਫੀਨੇਟਲੀ ਕੋਈ ਨਾ ਕੋਈ ਰਸਤਾ ਲੱਭਣ ਦੀ ਕੋਸ਼ਿਸ਼ ਅਸੀਂ ਹਮੇਸ਼ਾ ਕਰਦੇ ਹਾਂ। ਮੈਂ ਤੁਹਾਨੂੰ ਦੱਸਿਆ ਪਹਿਲਾਂ ਤੇ ਡਾਇਰੈਕਟਲੀ ਹੈ ਕਿ 70% ਤੱਕ ਤੇ ਮੈਂ ਉਸ ਫੀਸ ਦੇ ਕ੍ਰਾਈਟੇਰੀਆ ਦੀ ਲੈਸ ਬਣਾਏ ਹੋਏ ਨੇ, ਉਹ ਤੇ ਪੇਰੈਂਟਸ ਨੂੰ ਅਵੇਲ ਹੋ ਹੀ ਜਾਏਗਾ। ਉਸ ਤੋਂ ਇਲਾਵਾ ਵੀ ਉਹਦੀ ਕਿਵੇਂ ਹੈਲਪ ਹੋ ਸਕਦੀ ਹੈ ਅਸੀਂ ਉਹ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ। ਰਾਈਟ ਸਰ। ਰਾਈਟ। ਅਗਰ ਸੋਚਿਆ ਵੀ ਕਿ ਨੋਰਮਲ ਬੱਚਾ ਹੈ, ਉਹ ਆਪਣੀ ਲਾਈਫ ਜੀ ਰਿਹਾ, ਉਹਨੂੰ 5 ਸਾਲ ਜਾਂ 10 ਸਾਲ ਤੱਕ ਹੁੰਦੇ ਹੁੰਦੇ ਆਟਿਜ਼ਮ ਹੋ ਜਾਵੇ, ਕੀ ਏਦਾਂ ਵੀ ਕੋਈ ਕੇਸ ਆਇਆ ਤੁਹਾਡੇ ਕੋਲ? ਮੈਂ ਤੁਹਾਨੂੰ ਦੱਸਿਆ ਕਿ ਇਹ ਨਾ ਬਾਏ ਬਰਥ ਹੀ ਹੁੰਦਾ ਹੈ। ਬਾਏ ਬਰਥ ਹੁੰਦਾ ਹੈ, ਠੀਕ ਹੈ। ਬਸ ਇਹ ਹੈ ਕਿ ਉਹਨੂੰ ਅਸੀਂ ਸਮਝਣ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ। ਕਿਸੇ ਨੂੰ ਸਮਝ ਲੱਗਦਾ 3 ਸਾਲ ਤੇ, ਮੇਰੇ ਕੋਲ ਤੇ ਬੱਚੇ ਆਉਂਦੇ ਨੇ ਜੀ 6 ਸਾਲ ਦਾ ਬੱਚਾ ਹੋ ਗਿਆ, ਮੇਰਾ ਇਹ ਬੱਚਾ ਕੁਝ ਵੀ ਨਹੀਂ ਕਰਦਾ। ਮੈਂ ਕਹਿੰਦਾ ਜੀ 6 ਸਾਲ ਪਹਿਲਾਂ ਕਹਿੰਦੇ ਸਾਨੂੰ ਕਦੀ ਮਹਿਸੂਸ ਹੀ ਨਹੀਂ ਹੋ ਰਿਹਾ ਸੀ। ਕਿਸੇ ਨੇ ਕਿਹਾ ਉਹ ਬੱਚਾ ਲੇਟ ਹੀ ਬੋਲਦਾ, ਕਿਸੇ ਨੇ ਕਿਹਾ ਐਵੇਂ ਜਿੱਦੀ ਨੇ। ਉਹ ਇੱਕ ਅਲੱਗ ਅਲੱਗ ਰੂਮਰਸ ਨੂੰ ਲੈ ਕੇ ਪੇਰੈਂਟਸ ਆਪਣੇ ਆਪ ਚ ਲਿਮਿਟਡ ਰਹਿ ਜਾਂਦਾ ਹੈ, ਜਾਂ ਉਹਨੂੰ ਬਾਹਰ ਨਹੀਂ ਨਿਕਲਣ ਦੀ ਕੋਸ਼ਿਸ਼ ਕਰਦਾ, ਜਾਂ ਸ਼ੇਮ ਫੀਲ ਕਰਦਾ ਹੈ, ਜਾਂ ਬੱਚਾ ਥੋੜਾ ਜਿਹਾ ਪੇਰੈਂਟਸ ਅਫੈਂਡ ਫੀਲ ਕਰਦਾ ਹੈ ਕਿ ਮੈਂ ਕਿਵੇਂ ਕਿਸੇ ਨਾਲ ਗੱਲ ਕਰਾਂ, ਮੇਰੇ ਬੱਚੇ ਨੂੰ ਲੋਕ ਅਲੱਗ ਅਲੱਗ ਨਜ਼ਰੀਏ ਨਾਲ ਦੇਖਦੇ ਨੇ। ਸੋ ਮੈਂ ਪੇਰੈਂਟਸ ਨੂੰ ਇਹੀ ਰਿਕੁਐਸਟ ਕਰਦਾ ਕਿ ਬੱਚਾ ਮੇਰਾ ਹੈ, ਸੋ ਬੱਚਾ ਮੇਰੀ ਦੁਨੀਆ ਹੈ, ਅਸੀਂ ਉਹਨਾਂ ਲੋਕਾਂ ਦੀ ਕਿਉਂ ਪਰਵਾਹ ਕਰੀਏ ਜਿਹਨਾਂ ਨੂੰ ਪਤਾ ਨਹੀਂ ਜ਼ਿੰਦਗੀ ਚ ਦੁਬਾਰਾ ਅਸੀਂ ਮਿਲਣਾ ਵੀ ਹੈ ਕਿ ਨਹੀਂ ਮਿਲਣਾ। ਰਾਈਟ। ਸੋ ਸਾਨੂੰ ਅਫੈਂਡ ਫੀਲ ਕਰਨ ਦੀ ਬਜਾਏ
ਉਸ ਚੀਜ਼ ਲਈ ਜਾ ਕੇ ਪ੍ਰੋਫੈਸ਼ਨਲ ਦੇ ਨਾਲ ਡਿਸਕਸ ਕਰਨਾ ਚਾਹੀਦਾ ਜਲਦੀ ਤੋਂ ਜਲਦੀ ਤਾਂ ਕਿ ਅਸੀਂ ਉਸ ਬੱਚੇ ਦੇ ਲਈ ਕੰਮ ਕਰ ਪਾਈਏ। ਬਿਲਕੁਲ, ਮੈਂ ਹਮੇਸ਼ਾ ਕਹਿੰਦਾ ਕਿ ਅਗਰ ਕੋਈ ਤਕਲੀਫ ਹੈ ਨਾ, ਖੁਸ਼ੀ ਹੈ ਤੇ ਤੁਸੀਂ ਚੁੱਪਚਾਪ ਅੰਦਰ ਬੈਠ ਜਾਓ, ਪਰ ਅਗਰ ਕੋਈ ਗਮ ਹੈ ਨਾ ਤੇ ਉਹਨੂੰ ਛੱਤ ਤੇ ਚੜ ਕੇ ਢਿੰਡੋਰਾ ਪਿੱਟੋ, ਕਿਉਂਕਿ ਸ਼ਾਇਦ ਕੋਈ ਨਾ ਕੋਈ ਉਸ ਕੋਈ ਨਾ ਕੋਈ ਤੁਹਾਨੂੰ ਦੇ ਹੀ ਦੇਗਾ। ਬਿਲਕੁਲ ਸਹੀ, ਬਿਲਕੁਲ ਸਹੀ। ਓਕੇ ਸਰ, ਹੁਣ ਆਪਾਂ ਆਪਣੇ ਲਾਸਟ ਕੁਐਸਚਨ ਵੱਲ ਵਧਾਂਗੇ ਕਿ ਇਹਦੇ ਲਈ ਮਤਲਬ ਕਿ ਕੋਈ ਮੈਡੀਸਿਨਸ ਵੀ ਚੱਲਦੀਆਂ ਨੇ ਸਰ? ਇਹਦੀ ਕੋਈ, ਮੈਂ ਦੱਸਿਆ ਐਵੀਡੈਂਸ ਬੇਸ ਕੋਈ ਮੈਡੀਸਿਨ ਨਹੀਂ ਹੈ, ਬਟ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ 80 ਪਲੱਸ ਬੱਚੇ ਨੇ, ਉੱਥੇ ਅਲੱਗ ਅਲੱਗ ਤਰ੍ਹਾਂ ਦੇ ਪੇਰੈਂਟਸ ਆਉਂਦੇ ਨੇ, ਉਹ ਕਹਿੰਦੇ ਜੀ ਸਾਨੂੰ ਕਿਸੇ ਨੇ ਕਿਹਾ ਇਹਨੂੰ ਉੱਥੇ ਫਲਾਣੀ ਜਗ੍ਹਾ ਮੱਥਾ ਟਿਕਾ ਦਿਓ, ਇਹ ਠੀਕ ਹੋ ਜਾਏਗਾ, ਫਲਾਣੀ ਜਗ੍ਹਾ ਇਹਨੂੰ ਉਹ ਧਾਗਾ ਬਣਵਾ ਦਿਓ, ਇਹ ਠੀਕ ਹੋ ਜਾਏਗਾ, ਓਕੇ, ਫਲਾਣੀ ਜਗ੍ਹਾ ਤੋਂ ਇਹਨੂੰ ਭਭੂਤੀ ਲੈ ਦਿਓ, ਇਹ ਠੀਕ ਹੋ ਜਾਏਗਾ, ਇਹਦੇ ਮੱਥੇ ਤੇ ਲਾ ਦਿਓ, ਇਹਦੀ ਜੀਭ ਤੇ ਲਾ ਦਿਓ, ਇਹਦੇ ਗਲੇ ਤੇ ਲਾ ਦਿਓ, ਕੋਈ ਕਹਿੰਦਾ ਜੀ ਇਹਨੂੰ ਹੋਮੋਪੈਥਿਕ ਮੈਡੀਸਨ ਦੇ ਨਾਲ ਠੀਕ ਹੋ ਜਾਏਗਾ, ਕੋਈ ਕਹਿੰਦਾ ਜੀ ਮੇਰੇ ਕੋਲ ਫਲਾਣੀ ਮੈਡੀਸਨ ਦੇ ਨਾਲ ਠੀਕ ਹੋ ਜਾਏਗਾ। ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਨਹੀਂ ਜੀ, ਮੈਂ ਕਹਿੰਦਾ ਜੀ ਡੈਫੀਨੇਟਲੀ ਹਰ ਜਗ੍ਹਾ ਤੇ ਜਾਓ, ਮੈਂ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਜਿੱਥੇ ਮੱਥਾ ਟੇਕਣ ਨੂੰ ਜੀ ਕਰਦਾ ਜਾਣਾ ਚਾਹੀਦਾ। ਮੈਂ ਆਪਣੀ ਹੀ ਗੱਲ ਕਰਦਾ ਇੰਦਰ ਜੀ, ਤੁਸੀਂ ਸਵੇਰੇ ਮੰਦਰ ਗੁਰਦੁਆਰੇ ਜਾਂ ਕਿਤੇ ਵੀ ਮੱਥਾ ਟੇਕਣ ਜਾਂਦੇ ਹੋ ਜੀ, ਸਾਨੂੰ ਉੱਥੇ ਕੋਈ ਸਾਹਮਣੇ ਜਵਾਬ ਨਹੀਂ ਮਿਲਦਾ ਪਿਆ, ਸਾਡੀ ਇੱਕ ਪੋਜ਼ਿਟਿਵਿਟੀ ਹੈ, ਸਾਨੂੰ ਪਤਾ ਹੈ ਕਿ ਮੈਂ ਰੱਬ ਦੇ ਨਾਲ ਗੱਲ ਕਰਕੇ ਆਇਆ, ਰੱਬ ਮੇਰੀ ਚੀਜ਼ ਨੂੰ ਸੁਣ ਰਿਹਾ ਜੀ। ਸੋ ਜੇ ਉਹਦੇ ਨਾਲ ਮੈਨੂੰ ਇੱਕ ਪੋਜ਼ਿਟਿਵਿਟੀ ਆ ਰਹੀ ਹੈ ਤੇ ਮੈਨੂੰ ਡੈਫੀਨੇਟਲੀ ਕਰਨਾ ਚਾਹੀਦਾ, ਤੁਹਾਨੂੰ ਜਿਹੜੇ ਵੀ ਬਾਬੇ ਤੇ ਜਾ ਕੇ ਮੱਥਾ ਟੇਕਣ ਦਾ ਮਨ ਕਰਦਾ ਤੁਸੀਂ ਡੈਫੀਨੇਟਲੀ ਟੇਕੋ, ਜਿਹੜੇ ਵੀ ਪਰਮਾਤਮਾ ਦੇ ਜਾਣ ਦਾ ਮਨ ਕਰਦਾ ਮੰਦਰ ਗੁਰਦੁਆਰੇ ਕਿਸੇ ਵੀ ਕਿਸੇ ਮਾਤਾ ਜੀ ਦੇ ਕਿਸੇ ਬਾਬਾ ਜੀ ਦੇ ਜਿੱਥੇ ਵੀ, ਮੈਂ ਸਾਰੇ ਧਰਮਾਂ ਦਾ ਬਹੁਤ ਆਦਰ ਸਤਿਕਾਰ ਕਰਦਾ, ਪਰ ਉਹਦੇ ਨਾਲ ਨਾਲ ਆਪਣੇ ਬੱਚੇ ਨੂੰ ਥੈਰੇਪੀ ਜ਼ਰੂਰ ਦਿਓ, ਕਿਉਂਕਿ ਉਹ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ। ਮੈਂ ਇਹਦੇ ਨਾਲ ਇੱਕ ਗੱਲ ਐਡ ਕਰ ਦੇਣਾ ਚਾਹੁੰਦਾ ਕਿ ਅਗਰ ਆਪਾਂ ਇਸ ਚੀਜ਼ ਨੂੰ ਪੋਜ਼ਿਟਿਵਿਟੀ ਲੈ ਕੇ ਸੋਚਦੇ ਹਾਂ ਕਿ ਆਪਾਂ ਗੁਰਦੁਆਰੇ ਮੰਦਰ ਮਸਜਿਦ ਕਿਤੇ ਵੀ ਜਾਂਦੇ ਹਾਂ, ਠੀਕ ਹੈ, ਉੱਥੇ ਤਾਂ ਆਪਾਂ ਮੱਥਾ ਟੇਕ ਲਿਆ, ਰੱਬ ਅੱਗੇ ਆਪਣੀ ਰਿਕੁਐਸਟ ਕਰਤੀ ਕਿ ਸਾਡੇ ਬੱਚੇ ਨੂੰ ਠੀਕ ਕਰ, ਰੱਬ ਨੇ ਮਤਲਬ ਕਿ ਤੁਹਾਡੇ ਲਈ ਹੁਣ ਆਪ ਤਾਂ ਮਤਲਬ ਸਿੱਧਾ ਦਾ ਡਾਇਰੈਕਟ ਤੁਹਾਨੂੰ ਸ਼ੋਅ ਨਹੀਂ ਹੋਏਗਾ, ਰੱਬ ਨੇ ਭੇਜੇ ਹੋਏ ਨੇ ਇੱਦਾਂ ਦੇ ਇਨਸਾਨ। ਬਹੁਤ ਵੱਡੀ ਗੱਲ ਹੋ ਗਈ ਹੈ ਜੀ, ਮੈਂ ਕੁਛ ਵੀ ਨਹੀਂ, ਮੈਂ ਹਮੇਸ਼ਾ ਕਹਿੰਦਾ ਮੈਂ ਜੋ ਕੀਤਾ ਮੈਂ ਆਪਣੇ ਬੱਚੇ ਤੋਂ ਸਟਾਰਟ ਕੀਤਾ, ਬੱਚੇ ਲਈ ਕੀਤਾ, ਉਹ ਅੱਜ ਬੰਦਾ ਕਾਰਵਾ ਬਹੁਤ ਏਦਾਂ ਦਾ ਪਲੇਸ ਬਣ ਗਿਆ ਜਿਹੜਾ ਕਿ ਸਾਡੇ ਪੰਜਾਬ ਨੂੰ ਬਹੁਤ ਵੱਡੀ ਨੀਡ ਸੀ, ਅੱਜ ਉਹ ਬਣ ਕੇ ਖੜਾ ਹੋ ਗਿਆ। ਸੋ ਪਰ ਮੈਂ ਉਹੀ ਰਿਕੁਐਸਟ ਕਰੂੰਗਾ ਕਿ ਆਪਾਂ ਹਰ ਜਗ੍ਹਾ ਜਾਣਾ ਜਿੱਥੋਂ ਸਾਨੂੰ ਪੋਜ਼ਿਟਿਵਿਟੀ ਮਿਲਦੀ ਉੱਥੇ ਡੈਫੀਨੇਟਲੀ ਜਾਣਾ, ਪਰ ਉਹਦੇ ਨਾਲ ਨਾਲ ਅਸੀਂ ਥੈਰੇਪੀਸਟ ਨੂੰ ਮਿਸ ਜ਼ਰੂਰੀ ਹੈ, ਤੁਸੀਂ ਹੋਮੋਪੈਥਿਕ ਮੈਡੀਸਨ ਦੇ ਨਾਲ ਤੁਹਾਨੂੰ ਇੱਕ ਪੋਜ਼ਿਟਿਵਿਟੀ ਆ ਰਹੀ ਹੈ, ਕੋਈ ਚੇਂਜ ਆ ਰਿਹਾ, ਉਹ ਵੀ ਡੈਫੀਨੇਟਲੀ ਲੈਂਦੇ ਰਹੋ, ਤੁਹਾਨੂੰ ਕਿਸੇ ਐਲੋਪੈਥੀ ਦੇ ਨਾਲ ਫਰਕ ਆ ਰਿਹਾ, ਕੋਈ ਰੋਕ ਨਹੀਂ ਹੈ, ਕਿਉਂਕਿ ਮੇਰੇ ਵੱਲੋਂ ਨਾ ਤੇ ਕੋਈ ਰਿਕਮੈਂਡੇਸ਼ਨ ਹੈ ਨਾ ਕੋਈ ਮਨਾਈ ਹੈ, ਪਰ ਮੈਂ ਜੋ ਤੁਹਾਨੂੰ ਰਿਕੁਐਸਟ ਕਰ ਰਿਹਾ ਕਿਉਂਕਿ ਉਹ ਮੇਰੀ ਆਪਣੀ ਲਾਈਫ ਦਾ ਐਕਸਪੀਰੀਅੰਸ ਹੈ, ਥੈਰੇਪੀ ਜਿਹੜੀ ਹੈ ਨਾ ਉਹ ਬੱਚੇ ਦੇ ਲਈ ਬਹੁਤ ਜ਼ਰੂਰੀ ਹੈ, ਥੈਰੇਪੀ ਵੀ ਉਹ ਕੱਲੀ ਮਤਲਬ ਸਿੰਗਲ ਥੈਰੇਪੀ ਨਹੀਂ ਕਿ ਮੈਂ ਕੱਲੀ ਸਪੀਚ ਲੈ ਲਾਂ ਕੰਮ ਚੱਲ ਜਾਏਗਾ, ਮੈਂ ਕੱਲੀ ਆਕੂਪੇਸ਼ਨ ਲੈ ਲਾਂ ਕੰਮ ਚੱਲ ਜਾਏਗਾ, ਇੱਕ ਬਲੈਂਡਡ ਵਰਜ਼ਨ, ਕੰਬਾਈਂਡ ਵਰਜ਼ਨ, ਔਰ ਉਸ ਸੈਂਟਰ ਦੇ ਵਿੱਚ ਜਿੱਥੇ ਪੂਰੀ ਦੀ ਪੂਰੀ ਟੀਮ ਅਵੇਲੇਬਲ ਹੋਵੇ, ਜਿੱਥੇ ਕਿ ਤੁਹਾਡੇ ਸਾਰੇ ਦੇ ਸਾਰੇ ਪ੍ਰੋਫੈਸ਼ਨਲਸ ਅਵੇਲੇਬਲ ਹੋਣ, ਕਿਉਂਕਿ ਉਹ ਬੱਚੇ ਦੀ ਕਿਸ ਚੀਜ਼ ਦੀ ਨੀਡ ਹੈ ਤੁਹਾਨੂੰ ਨਹੀਂ ਪਤਾ। ਬਿਲਕੁਲ ਸਰ, ਸੋ ਡੈਫੀਨੇਟਲੀ ਉਸ ਸੈਂਟਰ ਤੇ ਜਾਣਾ ਜਿੱਥੇ ਸਾਰੇ ਪ੍ਰੋਫੈਸ਼ਨਲਸ ਹੋਣ, ਔਰ ਤੁਹਾਡਾ ਹੱਕ ਹੈ ਉਸ ਸੈਂਟਰ ਨੂੰ ਪੁੱਛਣਾ ਕਿ ਤੁਹਾਡੇ ਕੋਲ ਕਿਆ ਹੈ, ਸਾਰੇ ਪ੍ਰੋਫੈਸ਼ਨਲਸ ਅਵੇਲੇਬਲ ਹੈ ਜੀ। ਰਾਈਟ, ਮੈਂ ਲਾਈਕ ਤੁਹਾਨੂੰ ਫਸਟ ਟਾਈਮ ਮਿਲ ਰਿਹਾ ਪੋਡਕਾਸਟ ਦੇ ਲਈ, ਹੈਨਾ, ਤੇ ਬਟ ਇੱਕ ਮਤਲਬ ਕਿ ਜੋ ਬੰਦੇ ਪੋਜ਼ਿਟਿਵ ਕੰਮ ਕਰਦੇ ਨੇ ਨਾ ਆਪਣੀ ਜੋ ਵੀ ਫੀਲਡ ਹੋਵੇ, ਲਾਈਕ ਆਪਣੇ ਲੁਧਿਆਣਾ ਤੋਂ ਅਨਮੋਲ ਜੀ ਨੇ ਜਾਂ ਹੋਰ ਵੀ ਕਈ ਲੋਕ ਨੇ ਜੀ, ਉਹਨਾਂ ਤੋਂ ਇੱਕ ਪੋਜ਼ਿਟਿਵਿਟੀ ਆਉਂਦੀ ਹੈ, ਸੇਮ ਤੁਹਾਡੇ ਤੋਂ ਵੀ ਉਹੀ ਪੋਜ਼ਿਟਿਵਿਟੀ ਆ ਰਹੀ ਹੈ? ਦੇਖੋ ਜੀ, ਮੈਂ ਇੰਦਰ ਭਾਜੀ ਉਹਨਾਂ ਜਿੰਨਾਂ ਤੇ ਨਹੀਂ, ਮੈਂ ਖੁਦ ਅਨਮੋਲ ਵੀਰੇ ਨੂੰ ਜਾ ਕੇ ਮਿਲ ਕੇ ਆਇਆ,
ਵੈਰੀ ਨਾਈਸ, ਮਤਲਬ ਵਾਕਈ ਬਹੁਤ ਜ਼ਬਰਦਸਤ ਇਨਸਾਨ ਨੇ। ਬਿਲਕੁਲ। ਸੋ ਮੈਂ ਉਸ ਤੋਂ ਇਲਾਵਾ ਮਨੁੱਖਤਾ ਦੀ ਸੇਵਾ ਕਰਦੇ ਨੇ ਜਿਹੜੇ ਮਿੰਟੂ ਭਾਜੀ, ਮੈਂ ਉਹਨਾਂ ਨੂੰ ਵੀ ਮਿਲ ਕੇ ਆਇਆ। ਬਿਲਕੁਲ। ਸੋ ਉਹਨਾਂ ਨੂੰ ਵੀ ਮੈਂ ਇਸ ਸਿਸਟਮ ਬਾਰੇ ਦੱਸਿਆ, ਕਿਉਂਕਿ ਉਹ ਵੀ ਅੱਜ ਦੀ ਡੇਟ 'ਚ ਪੰਜਾਬ 'ਚ ਜੋ ਕੰਮ ਕਰ ਰਹੇ ਨੇ, ਉਹਨਾਂ ਵਰਗਾ ਕੋਈ ਰੀਸ ਹੀ ਨਹੀਂ ਹੈ। ਇੰਨੇ ਲੱਖਾਂ ਮਰੀਜ਼ਾਂ ਦੀ ਉਹ ਲੋਕ ਕਿੰਨੀ ਮਦਦ ਕਰ ਰਹੇ ਨੇ। ਮੈਂ ਉਹਨਾਂ ਜਿਹਨਾਂ ਤੇ ਨਹੀਂ ਹਾਂ, ਨਾ ਹੀ ਸ਼ਾਇਦ ਪਤਾ ਨਹੀਂ ਉਹਨਾਂ ਜਿਹਨਾਂ ਬਣ ਪਾਵਾਂਗਾ ਕਿ ਨਹੀਂ ਬਣ ਪਾਵਾਂਗਾ, ਬਟ ਮੈਂ ਡੈਫੀਨੇਟਲੀ ਰਿਕੁਐਸਟ ਕਰਾਂਗਾ ਕਿ ਪਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਗੱਲਾਂ 'ਚ ਰੱਖੇ। ਉਹ ਬਹੁਤ ਜ਼ਬਰਦਸਤ ਕੰਮ ਕਰ ਰਹੇ ਨੇ, ਉਹਨਾਂ ਨੇ ਬਹੁਤ ਘਰਾਂ ਦੇ ਆਸਰੇ ਬਣੇ ਨੇ ਔਰ ਬਹੁਤ ਕੁਝ ਕੀਤਾ ਹੈ। ਸੋ ਮੈਂ ਡੈਫੀਨੇਟਲੀ, ਮੇਰਾ ਸਲਿਊਟ ਹੈ ਉਹਨਾਂ ਨੂੰ, ਦੋਨੋਂ ਹੱਥਾਂ ਦੇ ਨਾਲ ਸਲਿਊਟ ਹੈ ਉਹਨਾਂ ਨੂੰ। ਜੋ ਵੀ ਇੱਦਾਂ ਦੇ ਕੰਮ ਕਰ ਰਹੇ ਹਨ, ਬਹੁਤ ਚੰਗੇ ਕੰਮ ਕਰ ਰਹੇ ਹਨ, ਲਾਈਕ ਤੁਸੀਂ ਕਰ ਰਹੇ ਹੋ ਜਾਂ ਹੋਰ ਵੀ ਲੋਕ ਹੋਣਗੇ ਜਿਨ੍ਹਾਂ ਨਾਲ ਹੋਪ ਸੋ ਅਸੀਂ ਇਨ ਫਿਊਚਰ ਵਿੱਚ ਮਿਲਾਂਗੇ, ਤੇ ਰੱਬ ਉਹਨਾਂ ਨੂੰ ਵੀ ਤਰੱਕੀਆਂ ਦੇਵੇ। ਓਕੇ ਰਘੂ ਸਰ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਮੈਂ ਤੁਹਾਡਾ ਨਾ ਲਾਈਕ ਬ੍ਰੋਸ਼ਰ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਤੁਸੀਂ ਸੁਪਰ ਮੋਮ ਦਾ ਟੈਗ ਦਿੱਤਾ ਹੋਇਆ ਮੈਮ ਨੂੰ, ਉਹਦੇ ਬਾਰੇ ਥੋੜਾ ਜਿਹਾ ਸਾਨੂੰ, ਮਤਲਬ ਸਾਡੀ ਆਡੀਅੰਸ ਨੂੰ ਪਤਾ ਲੱਗਣਾ ਚਾਹੀਦਾ ਪਲੀਜ਼। ਸਰ ਮੈਂ ਵੀ ਡੈਫੀਨੇਟਲੀ ਚਾਹੂੰਗਾ ਕਿ ਉਹਦੇ ਬਾਰੇ ਪਤਾ ਚੱਲਣਾ ਚਾਹੀਦਾ। ਅੱਜ ਜਿਵੇਂ ਤੁਸੀਂ ਹੁਣੇ ਥੋੜੇ ਦੇਰ ਪਹਿਲੇ ਮੈਨੂੰ ਇੱਕ ਐਗਜ਼ਾਮਪਲ ਦੇ ਰਹੇ ਸੀ, ਤੁਸੀਂ ਇੰਨਾ ਚੰਗਾ ਕੰਮ ਕਰ ਰਹੇ ਹੋ, ਇੰਨਾ ਸਭ ਕੁਝ ਕਰ ਰਹੇ ਹੋ, ਤੁਹਾਡੇ ਵਰਗੇ ਲੋਕ ਰੱਬ ਭੇਜਦਾ ਹੈ ਜੀ, ਸਰ ਇਹ ਸਭ ਕੁਝ ਨਾ, ਇਹ ਅੱਜ ਸਾਨੂੰ ਸਿਰਫ ਕ੍ਰੈਡਿਟ ਮਿਲ ਰਿਹਾ, ਇਹ ਸਭ ਕੁਝ ਉਸ ਸੁਪਰ ਮੋਮ ਦੀ ਵਜ੍ਹਾ ਨਾਲ ਹੀ ਪੋਸੀਬਲ ਹੈ। ਉਹ ਇੱਕ ਐਵੇਂ ਦੀ ਸੋਲ ਹੈ ਜਿਹਨੂੰ ਮੈਂ ਨੈਵਰ ਸੀਨ ਦੈਟ ਕਾਇੰਡ ਆਫ ਸੋਲ, ਮੈਂ ਕਦੀ ਆਪਣੀ ਜ਼ਿੰਦਗੀ 'ਚ ਨਹੀਂ ਦੇਖੀ। ਅੱਜ ਜੋ ਕੁਛ ਵੀ ਹੋ ਰਿਹਾ ਕੇਅਰ ਫੋਰ ਆਟਿਜ਼ਮ ਦਾ, ਉਹਦੀ ਨੀਂਹ ਉਹਨਾਂ ਦੇ ਦੁਆਰਾ ਹੀ ਰੱਖੀ ਗਈ ਸੀ। ਉਹੀ ਇੱਕ ਮਦਰ ਦੀ ਜ਼ਿੱਦ ਸੀ ਕਿ ਮੈਂ ਆਪਣੇ ਬੱਚੇ ਵਟ ਆਫਟਰ ਮੀ, ਔਰ ਆਪਾਂ ਜਿੰਨੇ ਵੀ ਸਪੈਸ਼ਲ ਬੱਚੇ ਉਹਨਾਂ ਲਈ ਕੀ ਕਰ ਸਕਦੇ ਹਾਂ। ਸੋ ਉਹਨੇ ਮੈਨੂੰ ਫੋਰਸ ਕਰ ਕਰਕੇ ਇਹ ਜਿਹੜਾ ਅੱਜ ਕੇਅਰ ਫੋਰ ਆਟਿਜ਼ਮ ਫਾਊਂਡੇਸ਼ਨ ਹੈ, ਇਹ ਉਹਦਾ ਹੀ ਇਨੀਸ਼ੀਏਟਿਵ ਹੈ ਜਿਹਨੂੰ ਅਸੀਂ, ਉਹੀ ਸਾਡੀ ਇੰਸਪੀਰੇਸ਼ਨ ਹੈ, ਉਸ ਇਨੀਸ਼ੀਏਟਿਵ ਨੂੰ ਬਸ ਅੱਗੇ ਵਧਾਇਆ, ਸਟਾਰਟ ਉਹਦਾ ਹੀ ਬੂਟਾ ਲਾਇਆ। ਉਹ ਕਹਿੰਦੇ ਨਾ, ਕਰਤੇ ਹੋ ਤੁਮ ਕਨਈਆ, ਮੇਰਾ ਨਾਮ ਹੋ ਰਿਹਾ ਹੈ। ਸੋ ਇਹ ਰਿਐਲਿਟੀ ਹੈ, ਇਹ ਕੀਤਾ ਨਿਧੀ ਨੇ ਹੈ, ਅੱਜ ਨਾਮ ਸਾਡਾ ਹੋ ਰਿਹਾ। ਸੋ ਉਹਨੂੰ ਅੱਜ 23 ਮਾਰਚ ਨੂੰ 3 ਸਾਲ ਹੋ ਜਾਣਗੇ ਉਹਨਾਂ ਦੀ ਡੈਥ ਹੋਏ ਨੂੰ। ਮੈਂ ਇਹ ਮੰਨਦਾ ਵਾਂ ਕਿ ਉਹ ਫਿਜ਼ੀਕਲੀ ਸਾਡੇ ਵਿੱਚ ਨਹੀਂ ਹੈ, ਪਰ ਡੈਫੀਨੇਟਲੀ ਉਸ ਸੈਂਟਰ ਦੇ ਵਿੱਚ ਉਹ ਆਲਵੇਜ਼ ਅਵੇਲੇਬਲ ਹੈ, ਕਿਉਂਕਿ ਉਹ ਇੱਕ ਇੱਦਾਂ ਦੀ ਸੋਲ ਸੀ ਜਿਹਨੂੰ ਕਿੰਨੀ ਪੇਰੈਂਟਸ ਫੋਲੋ ਕਰਦੇ ਸੀ, ਉਹ ਬਹੁਤ ਸਾਰੇ ਪੇਰੈਂਟਸ ਦੀ ਮਦਦ ਕਰਦੀ ਸੀ, ਗਾਈਡੈਂਸ ਦਿੰਦੀ ਸੀ ਕਿ ਕਿਵੇਂ ਆਪਣੇ ਬੱਚੇ ਨਾਲ ਡੀਲ ਕੀਤਾ ਜਾਵੇ। ਇਹ ਸਾਰੀ ਇਨਸਪੀਰੇਸ਼ਨ ਜੋ ਹੈ ਨਾ ਇਸ ਸੈਂਟਰ 'ਚ, ਉਹ ਨਿਧੀ ਦੀ ਦਿੱਤੀ ਹੋਈ ਹੈ। ਉਹਨਾਂ ਦੀ ਕਮੀ ਤਾਂ ਨਹੀਂ ਪੂਰੀ ਹੋ ਸਕਦੀ, ਲੇਕਿਨ ਬਿਲਕੁਲ ਉਹਨਾਂ ਨੇ ਜੋ ਕੰਮ ਕੀਤਾ ਹੋਇਆ ਉਹਨੂੰ ਆਪਾਂ ਦਿਲੋਂ ਸਲੂਟ ਕਰਦੇ ਹਾਂ। ਔਰ ਮੈਂ ਇਸੇ ਲਈ ਚਾਹੁੰਦਾ ਕਿ ਲੋਕ ਉਹਨੂੰ ਜਾਣਨ, ਕਿਉਂਕਿ ਅੱਜ ਨਾਮ ਸਾਡਾ ਹੋ ਰਿਹਾ, ਸਾਰੇ ਮਿਹਨਤ ਸਾਰਾ ਜ਼ੋਰ ਉਹ ਉਸ ਬੰਦੀ ਦਾ ਲੱਗਾ ਹੋਇਆ, ਉਹਨਾਂ ਦਾ ਹੀ ਲੱਗਾ ਹੋਇਆ। ਰਾਈਟ ਜੀ। ਸੋ ਫਰੈਂਡਸ, ਅੱਜ ਦਾ ਜੋ ਪੋਡਕਾਸਟ ਹੋਇਆ ਹੈ ਬਿਲਕੁਲ ਹੀ ਸਪੈਸ਼ਲ ਪੋਡਕਾਸਟ ਹੈ। ਹੋਪ ਸੋ ਤੁਸੀਂ ਜੋ, ਮਤਲਬ ਕਿ ਇਹਦੇ ਵਿੱਚ ਗੱਲਾਂ ਸੁਣੀਆਂ ਹੋਣਗੀਆਂ, ਤੁਹਾਡੇ ਦਿਮਾਗ ਤੱਕ ਪਹੁੰਚੀਆਂ ਹੋਣਗੀਆਂ, ਤੇ ਇੱਕ ਇਹਦੇ ਨਾਲ ਦੀ ਨਾਲ ਮੈਸੇਜ ਵੀ ਹੈ ਕਿ ਜੋ ਤੁਹਾਡੇ ਲਾਈਫ ਦੇ ਵਿੱਚ, ਅਗਰ ਤੁਹਾਡੇ ਰਿਸ਼ਤੇਦਾਰੀ ਜਾਂ ਫਰੈਂਡ ਸਰਕਲ ਦੇ ਵਿੱਚ ਕੋਈ ਵੀ ਇੱਦਾਂ ਦਾ ਬੱਚਾ ਤੁਸੀਂ ਮੰਨਦੇ ਹੋ ਕਿ ਹਾਂ ਵੀ ਉਹ ਆਟਿਜ਼ਮ ਨਾਲ, ਮਤਲਬ ਕਿ ਹੈ ਰਿਲੇਟਡ, ਤਾਂ ਪਲੀਜ਼ ਤੁਸੀਂ ਸਰ ਨਾਲ ਕੰਟੈਕਟ ਕਰ ਸਕਦੇ ਹੋ, ਤੇ ਆਪਣੇ ਚੈਨਲ ਲਈ ਇੱਕ ਵਾਰੀ ਸਰ ਤੋਂ ਵੀ ਵਿਊਜ਼ ਲੈ ਲੈਂਦੇ ਆ ਪਲੀਜ਼। ਰਘੂ ਸਰ, ਇੰਦਰ ਭਾਜੀ, ਪਹਿਲਾਂ ਤੇ ਮੈਂ ਇਹੀ ਕਹਾਂਗਾ, ਮੈਂ ਤੁਹਾਡੇ ਦਰਸ਼ਕਾਂ ਨੂੰ ਇੱਕ ਰਿਕੁਐਸਟ ਕਰਾਂਗਾ ਕਿ ਜੇ ਸਾਡਾ ਇੱਕ ਸ਼ੇਅਰ ਦਾ ਬਟਨ ਕਿਸੇ ਬੱਚੇ ਦੀ ਜ਼ਿੰਦਗੀ ਬਦਲ ਸਕਦਾ ਹੈ ਜੀ, ਤੇ ਮੈਂ ਸੋਚਦਾ ਹਾਂ ਬਹੁਤ ਛੋਟਾ ਜਿਹਾ ਕਿੱਤਾ ਹੈ ਸਾਡੇ ਲਈ, ਤੇ ਸਾਨੂੰ ਡੈਫੀਨੇਟਲੀ ਕਰਨਾ ਚਾਹੀਦਾ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਭਾਜੀ ਦੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤਾਂ ਕਿ ਇਦਾਂ ਦੀ ਇਨਫੋਰਮੇਟਿਵ ਚੀਜ਼ਾਂ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਹਿਣ। ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਹਨਾਂ ਨਾਲ ਕੰਟੀਨਿਊਲੀ ਰਾਬਤਾ ਬਣਾ ਕੇ ਰੱਖਾਂਗਾ, ਤਾਂ ਕਿ ਅੱਗਿਓਂ ਵੀ ਅਸੀਂ ਕੁਝ ਇਨਫੋਰਮੇਟਿਵ ਜਾਂ ਕੋਈ ਚੀਜ਼ਾਂ ਤੁਹਾਡੇ ਤੱਕ ਸ਼ੇਅਰ ਕਰ ਪਾਈਏ। ਸੋ ਇਹ
ਪੋਡਕਾਸਟ ਦੇਖਣ ਲਈ, ਇਹਨੂੰ ਟਾਈਮ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ ਹੈ। ਥੈਂਕ ਯੂ ਸੋ ਮਚ। ਐਂਡ ਆਲਸੋ ਅਗੇਨ ਇੰਦਰ ਭਾਜੀ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਹੈ ਸਾਨੂੰ ਸਮਾਂ ਦੇਣ ਲਈ। ਸਰ, ਤੁਹਾਡਾ ਸਮਾਂ ਬਹੁਤ ਕੀਮਤੀ ਹੈ, ਤੁਸੀਂ ਸਾਨੂੰ ਟਾਈਮ ਦੇ ਰਹੇ ਹੋ, ਇੰਨੀ ਵਧੀਆ ਸੇਵਾ ਕਰਦੇ ਹੋਏ ਵੀ, ਤੁਹਾਡੇ ਲਈ ਬਹੁਤ ਬਹੁਤ ਥੈਂਕਸ ਹੈ। ਇੱਕ ਮੈਂ ਆਪਣੀ ਆਡੀਅੰਸ ਨੂੰ ਕਹਿ ਦੇਣਾ ਚਾਹੁੰਦਾ ਕਿ ਸਾਡਾ ਇਹ ਪੋਡਕਾਸਟ ਸ਼ੇਅਰ ਕਰ ਦਿਓ ਤਾਂ ਕਿ ਹਰ ਉਸ ਇਨਸਾਨ ਤੱਕ ਪਹੁੰਚ ਸਕੇ ਜਿਹਨਾਂ ਨੂੰ ਨੀਡ ਹੋਵੇ, ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਅਗਰ ਤੁਸੀਂ ਚਾਹੁੰਦੇ ਹੋ ਕਿ ਇੱਦਾਂ ਦੇ ਮਤਲਬ ਕਿ ਪਾਰਟ 2 ਵੀ ਆਪਾਂ ਲੈ ਕੇ ਆਈਏ ਸਰ ਦੇ ਨਾਲ, ਕਿ ਇਹਨਾਂ ਦੇ ਆਪਾਂ ਮਤਲਬ ਕਿ ਫਾਊਂਡੇਸ਼ਨ ਵਿੱਚ ਜਾਈਏ, ਤੇ ਪਲੀਜ਼ ਕਮੈਂਟ ਵਿੱਚ ਇੱਕ ਵਾਰ ਜ਼ਰੂਰ ਲਿਖ ਦਿਓ। ਜਾਂ ਤੁਸੀਂ ਇਹਦੇ ਤੋਂ ਇਲਾਵਾ ਵੀ ਮੈਂ ਕਹਿਣਾ ਚਾਹਾਂਗਾ, ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਚਾਹੁੰਦੇ ਹੋ ਤੁਸੀਂ ਕਮੈਂਟ ਦੇ ਵਿੱਚ ਇਹਨਾਂ ਨੂੰ ਕੰਟੈਕਟ ਕਰੋ, ਅਸੀਂ ਬੈਸਟ ਪੋਸੀਬਲ ਕਰਾਂਗੇ ਤੁਹਾਡੇ ਤੱਕ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਪਹੁੰਚਾਉਣ ਦੇ ਲਈ। ਥੈਂਕ ਯੂ ਸੋ ਮਚ। ਹੁਣ ਤੱਕ ਦੇ ਲਈ ਇੰਨਾ ਹੀ, ਸਤਿ ਸ਼੍ਰੀ ਅਕਾਲ। ਅਗਲੀ ਵਾਰੀ ਤੋਂ ਰੱਬ ਕਰੇ ਇੰਨਾ ਪਾਪੂਲਰ ਹੋ ਜਾਏ, ਤੁਸੀਂ ਨਾਲ ਲੈ ਕੇ ਚੱਲੋ ਵੈਨਿਟੀ ਮੈਮ ਨੂੰ। ਬਿਲਕੁਲ ਸਹੀ, ਮੇਕਅਪ ਆਰਟਿਸਟ ਵੀ ਨਾਲ ਚੱਲੇ ਅਗਲੇ ਵਾਰੀ। ਵੈਰੀ ਗੁੱਡ, ਫਟੋਫਟ ਤੁਸੀਂ ਇਹਨਾਂ ਨੂੰ